ਅਰਦਾਸ ਕਰਾਂ ਮਾੜਾ ਕੰਮ ਨਾ ਕਦੇ ਕਰਵਾਈ ਰੱਬਾ, ਮੇਰੇ ਬੋਲਣ ਨਾਲ ਨਾ ਕਿਸੇ ਨੂੰ ਠੇਸ ਪਹੁੰਚੇ, ਐਸਾ ਬੋਲ ਨਾ ਮੇਰੇ ਤੋਂ ਬੁਲਾਈ ਰੱਬਾ। ਹੱਕ ਹਲਾਲ ਦੀ ਖਾ ਕੇ ਟਾਈਮ ਪਾਸ ਕਰ ਲੂੰ, ਤੂੰ ਮੈਨੂੰ ਬੇਈਮਾਨੀ ਕਰਨ ਤੋਂ ਬਚਾਈ ਰੱਬਾ, ਕਿ ਚੀਮੇ ਦਾ ਪਿਰਤਾ ਕਰੇ ਸ਼ੁਕਰਾਨਾ ਤੇਰਾ, ਮਾੜਾ ਟਾਈਮ ਨਾ ਕਦੇ ਕਿਸੇ ਨੂੰ ਦਿਖਾਈ ਰੱਬਾ। ਨੰਗਲ ਅੰਬੀਆਂ ਵਾਲੇ ਸੰਦੀਪ ਦੀ ਯਾਦ ਦੇ ਵਿੱਚ ਅੱਜ ਦਾ ਇਹ ਕਬੱਡੀ ਕੱਪ ਸਮੁੱਚੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਕਰਵਾ ਰਹੀ ਆ। ਅੱਜ ਦੇ ਦਿਨ ਦਾ ਤੀਜਾ ਮੈਚ ਖੇਡਿਆ ਜਾ ਰਿਹਾ। ਇੱਕ ਸਾਈਡ ਤੇ ਟੀਮ ਲਾਲ ਨਿੱਕਰਾਂ ਦੇ ਵਿੱਚ ਖੇਡ ਰਹੀ ਹੈ ਜੀ ਟੀ ਏ ਕਬੱਡੀ ਕਲੱਬ, ਟਰੰਟੋ ਟਾਇਰ ਸੈਂਟਰ ਦੇ ਦਲਜੀਤ ਸਿੰਘ ਜੀ ਸੋਹਤਾ, ਏਸ਼ੀਅਨ ਫੂਡ ਦੇ ਮੇਜਰ ਸਿੰਘ ਜੀ ਨੱਤ, ਜਗਦੀਸ਼ ਸਿੰਘ ਜੀ ਗਰੇਵਾਲ, ਜੀਤਾ ਨੱਤ, ਸੁਲੱਖਣ ਨੱਤ, ਪਾਪੂਲਰ ਟਾਇਰ ਦੇ ਕਰਮਜੀਤ ਸਿੰਘ ਜੀ ਸੁੰਦਰ, ਬਲਵੰਤ ਸਿੰਘ ਜੀ ਸੰਧੂ, ਕੁਲਵੰਤ ਸਿੰਘ ਜੀ ਢੀਂਡਸਾ, ਜਿੰਦਰ ਸਿੰਘ ਜੀ ਬੁੱਟਰ ਕੇ ਜੀ ਟਰਾਂਸਪੋਰਟ ਵਾਲੇ, ਬੰਸ ਸਿੰਘ ਜੀ ਨੇਜਰ ਉਹਨਾਂ ਦੀ ਖੇਡ ਕਲੱਬ। ਪਰ ਵੇਖੀਏ ਕਬੱਡੀ, ਆਹ ਖਿਡਾਰੀ ਦਾ ਕਹਿੰਦੇ ਟਿੱਬਾ ਪਿੰਡ ਹੈ, ਨੌਜਵਾਨ ਗੱਭਰੂ ਇਸ ਵੇਲੇ ਬੰਟੀ ਕਬੱਡੀ ਪਾ ਕੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਸਰਾਏ ਟ੍ਰੈਕਿੰਗ ਦੇ ਸੁਨਾਮ ਸਰਾਏ ਹੁਣਾਂ ਦਾ, ਬਿੰਦੀ ਸਰਾਏ ਹੁਣਾਂ ਦਾ, ਗੈਰੀ ਸਰਾਏ ਹੁਣਾਂ ਦਾ ਧੰਨਵਾਦ। ਮੇਲ ਨਿੱਜਰ ਉਹਨਾਂ ਦੀ ਖੇਡ ਕਲੱਬ, ਸਰਦੂਲ ਸਿੰਘ ਜੀ ਥਿਆਰੇ ਉਹਨਾਂ ਦੀ, ਰੱਜੀ ਗੋਂਦਲ ਇਸ ਵੇਲੇ ਬੱਗੇ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਯੂਨਾਈਟਡ ਬ੍ਰੈਂਪਟਨ ਦੀ ਖੇਡ ਕਲੱਬ ਦੇ ਚੌ ਜਾਫੀਆਂ ਦੇ ਵਿੱਚੋਂ ਪਹਿਲੇ ਟੱਚ ਕਹਿੰਦੇ ਫੱਕਰ ਝੰਡੇ ਵਾਲੇ ਸੋਨੀ ਨੂੰ ਹੋਇਆ, ਪੁਆਇੰਟ ਆ ਜਿਹੜਾ ਰੱਜੀ ਗੋਂਦਲ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਆ ਗੱਭਰੂ ਜਦੋਂ ਦਾ ਕੈਨੇਡਾ ਦੇ ਵਿੱਚ ਖੇਡਣ ਆਇਆ ਤੇ ਕਹਿੰਦੇ ਮੁੰਡੇ ਦੇ ਹਰ ਮੈਚ ਦੇ ਵਿੱਚ ਧੰਨ ਧੰਨ ਕਰਵਾ ਦਿੱਤੀ ਆ ਕਿ ਟੌਪ ਦੇ ਜਾਫੀ ਗੱਭਰੂ ਨੇ ਮੂਹਰੇ ਲਾ ਲਏ, ਪਿੰਡ ਛੱਡਣਾ ਪੈਂਦਾ ਇਹਦਾ ਕੋਲ ਬਰਨਾਲੇ, ਪਰ ਵੇਖੀਏ ਕਰਸੀਆਂ ਵੀ ਕਹਿੰਦੇ ਗੁਆਂਢੀ ਪਿੰਡ ਆ। ਉਹ ਚੱਲਿਆ ਛੰਨਾ ਵਾਲਾ ਭੂਰੀ ਇਸ ਵੇਲੇ, ਨੌਜਵਾਨ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ। ਆਹ ਖਿਡਾਰੀ ਦਾ ਨਾਮ ਵੀ ਭੂਰੀ ਆ, ਇਹਦਾ ਬਿਆਸ ਦੇ ਲਾਗੇ ਬੂਲੇ ਨੰਗਲ ਪਿੰਡ ਹੈ। ਹੁਣ ਚੌ ਦੇ ਵਿੱਚੋਂ ਬਰਸਾਲਪੁਰੀ ਆ, ਕਹਿੰਦੇ ਰੰਗੀ ਵਾਲੇ ਜੱਗੀ ਦਾ ਚੰਡਿਆ ਪੱਠਾ, ਪਰ ਸ਼ੀਲੂ ਦੇ ਵੀਰ ਨੇ ਟਰਾਈ ਕੀਤੀ ਆ, ਪੁਆਇੰਟ ਜਿਹੜਾ ਨੌਜਵਾਨ ਭੂਰੀ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਅਗਲੀ ਰੇਡ ਧੂਰਕੋਟ ਵਾਲਾ ਕਾਲਾ ਪਾਉਣ ਜਾ ਰਿਹਾ ਤੇ ਮਾਈਕ ਤੇ ਪ੍ਰੋਫੈਸਰ ਮੱਖਣ ਸਿੰਘ ਜੀ ਟੀਮ ਪਰ ਗੱਲ ਕਰਨਗੇ। ਵਾਹ, ਪੱਟਾਂ ਤੇ ਵੱਜੀ ਥਾਪੀ ਦੱਸਦੀ ਹੈ ਕਿ ਮੁੰਡੇ ਨੇ ਮਿਹਨਤ ਕੀਤੀ ਹੈ। ਔਰ ਇਹ ਨੌਜਵਾਨ ਇਸ ਵੇਲੇ ਦੁਨੀਆਂ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ, ਬੂਲੇ ਨੰਗਲ ਵਾਲਾ ਭੂਰੀ, ਇੱਕ ਗੁਰਦੀਪ ਭੂਰੀ, ਇੱਕ ਬੂਲੇ ਨੰਗਲ ਵਾਲਾ ਭੂਰੀ। ਅੱਜ ਮੈਦਾਨ ਦੇ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਜਿਹੜੀ ਹੈ ਇਸ 27ਵੇਂ ਅੰਟੈਰੀਓ ਕਬੱਡੀ ਕੱਪ 2024 21 ਜੁਲਾਈ 2024 ਸੰਡੇ ਦਾ ਦਿਨ ਹੈ। CAAA ਔਰ ਸੈਂਟਰ 7575 ਕਨੇਡੀ ਦੇ ਉੱਪਰ ਆਓ, ਵੇਖੋ ਸਾਹਮਣੇ ਆਉਂਦਾ ਛੂਕਦਾ, ਆਓ ਗਬਰੂਆ ਨਹੀਂ ਰੀਸਾ, ਉੱਧਰ ਜਸਵਿੰਦਰ ਛੋਕਰ ਜੀ ਪ੍ਰਧਾਨ ਸਾਹਿਬ, ਸਾਰੀ ਫੈਡਰੇਸ਼ਨ, ਮੇਜਰ ਸਿੰਘ ਜੀ ਨੱਤ ਸਾਹਿਬ ਔਰ ਲਾਡਾ ਸੋਹਤਾ ਜੀ। ਆਹ ਮੁੰਡਾ ਕਹਿੰਦੇ ਵੀ ਕੋਟਲੀ ਥਾਨ ਸਿੰਘ ਦੇ ਲਾਗੇ ਪਰਸਰਾਮਪੁਰ ਪਿੰਡ ਹੈ, ਔਰ ਜ਼ਿਆਦਾਤਰ ਕਹਿੰਦੇ ਉੱਥੇ ਧਰੋਏ ਵੱਸਦੇ ਹੈ, ਔਰ ਯੰਗ ਏਜ ਹੈ, ਜੋ ਨੌਜਵਾਨ ਹੈ, ਔਰ ਪਹਿਲੇ ਪਿਛਲੇ ਟੂਰਨਾਮੈਂਟ ਦੇ ਵੀ ਆਪਣੀ ਟੀਮ ਨੂੰ, ਆਪਣੀ ਕਲੱਬ ਨੂੰ ਜਿਹੜਾ ਅਗਲੇ ਸਟੈਪ ਦੇ ਵਿੱਚ ਲੈ ਕੇ ਗਿਆ, ਉਹਦਾ ਵੱਡਾ ਯੋਗਦਾਨ ਰਿਹਾ। ਲਓ ਵੇਖੋ ਸਾਹਿਬ, ਮਨ ਸਿੰਘ, ਔਰ ਬੁੱਲਿਆ ਮਨ ਦਾ ਕੀ ਸਮਝਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ ਹੈ, ਪਰ ਇਸ ਵੇਲੇ ਦੇਖੋ ਸਾਹਮਣੇ ਉੱਧਰ ਡੱਬੇ ਦਾ ਖਿਆਲ ਹੈ। ਨੀਟਾ ਜੀ, ਨੀਟਾ ਜੀ ਕੀ ਫੈਸਲਾ? ਹਾਂ, ਡਬਲ ਟੱਚ ਦਾ ਫੈਸਲਾ ਇਸ ਗੱਭਰੂ ਦੇ ਹਿੱਸੇ ਹੈ। ਅਗਲੀ ਕਬੱਡੀ ਪਾਉਣ ਲਈ
ਮੌਸਮ ਥੋੜਾ ਜਿਹਾ ਸ਼ੱਕੀ ਹੈ। ਅੱਜ ਜਿਹੜੀ ਜਿੱਤ ਹੋਣੀ ਹੈ ਕਿਵੇਂ ਆ, ਉਹ ਵੀ ਮੈਨੂੰ ਲੱਗਦਾ ਵੀ ਅੱਜ ਵੱਖਰੀ ਜਿੱਤ ਹੋਣੀ ਹੈ। ਇਹ ਵੀ ਖਿਆਲ ਰੱਖੀਏ ਅੱਜ ਵੱਖਰੀ ਜਿੱਤ ਹੋਣੀ ਹੈ। ਉਧਰ ਸਾਡੇ ਦਰਮਿਆਨ ਹਰਕੀਰਤ ਸਿੰਘ ਜੀ ਡਿਪਟੀ ਮੇਅਰ, ਉਹ ਵੀ ਅੱਜ ਦੇ ਟੂਰਨਾਮੈਂਟ ਤੇ ਪੁੱਜ ਚੁੱਕੇ ਸੀ, ਜੀ ਆਇਆਂ ਨੂੰ ਆਖ ਰਹੇ ਹਾਂ। ਬਿੱਲਾ ਰੰਧਾਵਾ ਜੀ, ਨਵਜੀਤ ਕੌਰ ਜੀ ਰੀਜਨਲ ਕੌਂਸਲਰ, ਉਹ ਵੀ ਸਾਡੇ ਦਰਮਿਆਨ ਪੁੱਜਿਆ ਸੀ, ਜੀ ਆਇਆਂ ਨੂੰ ਆਖ ਰਹੇ ਹਾਂ। ਗੁਰਨੇਕ ਬੱਲ, ਸਵਰਨ ਲਾਲ, ਡੀਸੀ ਤੋਂ ਕਾਲੇ ਸਿੰਘਾਂ ਦਾ ਜਵਾਰਾ, ਹਰਵਿੰਦਰ ਗਿੱਲ, ਜਸਵੀਰ ਢਿੱਲੋਂ ਜੀ, ਰਾਜਵਿੰਦਰ ਕੂਨਰ ਜੀ, ਇੰਦਰਜੀਤ ਗਿੱਲ, ਨਵੀਂ ਗਿੱਲ, ਹਰਜੀਤ ਸੋਤ ਤੇ ਉਹਨਾਂ ਦਾ ਧੰਨਵਾਦ। ਕੋਲੀ ਵਾਲੇ ਪਿੰਡ ਦੇ ਕਹਿੰਦੇ ਸਰਪੰਚਾਂ ਦਾ ਮੁੰਡਾ ਟੋਰਾਂਟੋ ਦੇ ਵਿੱਚ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਹੁਣ ਚੌਂ ਦੇ ਵਿੱਚੋਂ ਸਮੀਰ ਖਾਨ, ਆਦਮਾਲ ਪਿੰਡ ਆ ਗੱਭਰੂ ਦਾ, ਮਲੇਰ ਕੋਟਲੇ ਦੇ ਨੇੜੇ, ਉਹ ਵੇਖੀਏ ਨੌਜਵਾਨ ਟਿੱਬੇ ਵਾਲਾ, ਟਰੈਕਟਰਾਂ ਦਾ, ਗੱਡੀਆਂ ਦਾ ਜੇਤੂ, ਵਰਲਡ ਕੱਪ ਦਾ ਵੀ ਬੈਸਟ ਬਣਿਆ। ਇਸ ਸਾਲ ਸਮੁੱਚੀ ਯੰਗ ਕਬੱਡੀ ਕਲੱਬ ਸੱਦਾ ਦੇ ਰਹੀ ਹੈ ਵੀ 3 ਅਗਸਤ ਨੂੰ ਲੰਡਨ ਦੇ ਬਡਵਾਈਜ਼ਰ ਖੇਡ ਸਟੇਡੀਅਮ ਦੇ ਵਿੱਚ ਰੌਣਕਾਂ ਲੱਗਣਗੀਆਂ। ਪਰ ਆ ਖਿਡਾਰੀ ਲਹਿੰਦੇ ਪੰਜਾਬ ਦਾ, ਬੱਗਾ ਪਿੰਡ ਵਾਲਾ ਇਸ ਵੇਲੇ ਰੱਜੀ ਗੋਂਦਲ ਵਧਿਆ ਹੋਇਆ। ਹੁਣ ਚੌਂ ਦੇ ਵਿੱਚੋਂ ਕਿਹੜਾ ਖਿਡਾਰੀ, ਨੌਜਵਾਨ ਸੋਨੀ ਆ ਫਕਰ ਝੰਡੇ ਵਾਲਾ ਜਿੱਤਾ, ਪਰ ਇਸ਼ਾਰਾ ਹੋ ਗਿਆ ਵੀ ਡਬਲ ਟੱਚ ਦਾ ਪੁਆਇੰਟ ਆ ਜਿਹੜਾ ਇਹ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਛੰਨਾ ਵਾਲਾ ਭੋਰੀ ਨੌਜਵਾਨ ਗੱਭਰੂ ਇਸ ਵੇਲੇ ਜ਼ਿਲ੍ਹੇ ਬਰਨਾਲੇ ਦਾ ਖਿਡਾਰੀ ਆ, ਗੁਰਮਾ ਦਾ ਭੜਸਾ ਭਾਊ, ਹਮੀਦੀ ਵਾਲੇ ਕਾਲੇ ਵਰਗੇ ਖਿਡਾਰੀ ਕਹਿੰਦੇ ਪੈਦਾ ਕੀਤੇ। ਪਰ ਵੇਖੀਏ ਕੁਲਦੀਪ ਸਿੰਘ ਗਿੱਲ ਦਾ ਸਪੁੱਤਰ ਹੈ, ਖਡੂਰ ਸਾਹਿਬ ਦਾ ਸੱਤੂ ਜਫਾ ਨਹੀਂ ਲਾ ਸਕਿਆ, ਪੁਆਇੰਟ ਛੰਨਾ ਵਾਲੇ ਭੂਰੀ ਦਾ। ਪ੍ਰੋਫੈਸਰ ਸਾਹਿਬ ਕਰੋ ਗੱਲ, ਇਹ ਵੀ ਭੂਰੀ ਆ, ਬੂਲੇ ਨੰਗਲ ਵਾਲਾ, ਉਹ ਵੀ ਭੂਰੀ ਆ ਤੇ ਇਹ ਵੀ ਭੂਰੀ ਆ, ਦੋਨਾਂ ਨੇ ਚੁੰਗੀ ਬੂਰੀ ਆ ਜਿਵੇਂ ਕਹਿੰਦੇ ਹੁੰਦੇ ਸਿਆਣੇ ਨੇ, ਉਹ ਗੱਲ ਅੱਜ ਖਾਧੀਆਂ ਖੁਰਾਕਾਂ ਦਾ ਪਤਾ ਲੱਗਣਾ। ਆਓ ਚੇਲਮੇ ਗੱਭਰੂ ਜਵਾਨ ਪੁੱਤ ਮਾਮਾ ਦੇ ਇਕੱਠੇ ਹੋਏ ਸਾਰੇ ਅੱਜ, ਆਹ ਵੱਖੋ ਵੱਖ ਥਾਵਾਂ ਦੇ ਅਵਸਾਨਾਂ ਦਾ ਭੇਡ ਹੁੰਦਾ, ਆਹ ਭੱਜਦੇ 1 ਵਜੇ ਤੱਫੇ ਵੱਜਦੀਆਂ, ਤੁਹਾਨੂੰ ਖੁੱਟਦੇ ਪੈਰ ਆ ਗਏ ਹੰਦੇ, ਮੇਰਾ ਖਿਆਲ ਹੈ ਵੀ ਵਾਹਿਗੁਰੂ ਸੱਚੇ ਪਾਤਸ਼ਾਹ। ਉੱਠੋ ਗੱਭਰੂਆ, ਆਹ ਤੇਰੇ ਵੱਸ ਦੀ ਰਹਿਣ ਚਵਾਰੇ ਰੀਡਾ ਪਾਉਣ ਵਾਲਿਆਂ, ਤਾੜੀਆਂ ਮਾਰ ਦਿਓ ਇਸ ਗੱਭਰੂ ਵਾਸਤੇ ਮੇਰੇ ਪੰਜਾਬੀ ਵੀਰੋ। ਰਾਣਾ ਸਿੱਧੂ ਜੀ ਤੁਹਾਡਾ ਵੀ ਧੰਨਵਾਦ ਹੈ, ਤੁਸੀਂ ਵੀ ਤਾੜੀ ਮਾਰੀ ਹੈ ਤੇ ਲੱਖਾਂ ਤਾੜੀਆਂ 3 ਅਗਸਤ ਨੂੰ ਜਿਹੜੀਆਂ ਦੁਨੀਆ ਦੇ ਕੋਨੇ ਕੋਨੇ ਵਿੱਚ ਵੱਜਣੀਆਂ ਹੈ, ਜਦੋਂ ਯੰਗ ਕਬੱਡੀ ਕਲੱਬ ਦਾ ਜਿਹੜਾ ਉਹ ਕੈਨੇਡਾ ਕੱਪ ਜਿਹਦੀ ਦੁਨੀਆ ਤੇ ਪਹਿਚਾਣ ਵੱਖਰੀ ਹੈ, ਸ਼ਾਨ ਵੱਖਰੀ ਹੈ, ਆਨ ਵੱਖਰੀ ਹੈ। ਉਧਰ ਬਹਾਦਰ ਸਿੰਘ ਜੀ, ਹਕੀਕਤ ਸਿੰਘ ਜੀ, ਕੀਕਾ ਕਾਲਾ ਸਿੰਘਿਆ ਪਿੰਡ ਦੇ ਜਨਪਲ, ਉਹ ਵੀ ਕਹਿੰਦੇ ਇੰਗਲੈਂਡ ਤੋਂ ਚੇਚੇ ਤੌਰ ਤੇ ਅੱਜ ਮੈਟਰੋ ਕਬੱਡੀ ਕਲੱਬ ਦੇ ਇਸ ਟੂਰਨਾਮੈਂਟ ਤੇ ਪੁੱਜੇ ਹੋਇਆ। ਮੈਟਰੋ ਪੰਜਾਬੀ ਕਬੱਡੀ ਕਲੱਬ ਦੇ ਟੂਰਨਾਮੈਂਟ ਤੇ ਪੁੱਜਿਆ ਸੀ, ਜੀ ਆਇਆਂ ਨੂੰ ਆਖ ਰਹੇ ਹਾਂ। ਕਲਸੀਆਂ ਵਾਲਾ ਰਵੀ ਇਸ ਵੇਲੇ, ਇੰਦਰਜੀਤ ਦਾ ਵੀਰ, ਜੰਪੀ ਭੀਰੇ ਵਰਗੇ ਬੜੇ ਸੀਨੀਅਰ ਖਿਡਾਰੀ ਆ ਜਿਸ ਪਿੰਡ ਦੇ, ਹੁਣ ਵੇਖਾਂਗੇ ਨੌਜਵਾਨ ਰਵੀ, ਚੜ੍ਹਦੀ ਉਮਰ ਆ, ਮੁੱਚ ਫੁੱਟ ਗੱਭਰੂ ਆ, ਪਰ ਆਹ ਖਿਡਾਰੀ ਨੂੰ ਕਹਿੰਦੇ ਰੰਗੀ ਵਾਲੇ ਜੱਗੀ ਨੇ, ਹਰ ਇੱਕ ਦਾ ਪੇਚ ਸਿਖਾਇਆ। ਪਰ ਵੇਖੀਏ ਕਲਸੀ ਵਾਲਾ ਰਵੀ, ਰਵੀ ਤੇ ਬਰਸਾਲ ਪੁਰੀਆ ਨੌਜਵਾਨ, ਪਰ ਵੇਖੀਏ ਪੁਆਇੰਟ ਆ ਜਿਹੜਾ ਨੌਜਵਾਨ ਰਵੀ ਕਲਸੀ ਵਾਲਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਪਰਸਰਾਮ ਪੁਰੀਆ ਜੱਸਾ, ਇੱਕ ਕੰਨੀ ਤੇ ਇੰਦਰਜੀਤ ਆ, ਦੂਜੀ ਕੰਨੀ ਤੇ ਫਰਿਆਦ ਆ, ਜੋੜੀ ਮਸ਼ਹੂਰ ਆ। ਪਰ ਵੇਖੀਏ ਨੌਜਵਾਨ ਗੱਭਰੂ ਇਸ ਵੇਲੇ
ਜੱਸਾ ਪਰਸਰਾਮਪੁਰੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਜਿੜਬੇ ਵਾਲਾ ਮਨ ਸਿੰਘ। ਉਹ ਕਿੱਡਾ ਉੱਚਾ ਲੰਬਾ ਜਵਾਨ ਹੈ ਨੌਜਵਾਨ ਜਿੱਡਿਆ, ਤਿੜਬੇ ਦਾ ਬੜਾ ਮਸ਼ਹੂਰ ਨਾਮ ਹੈ ਔਰ ਤਿੜਬੇ ਦਾ ਮੇਲਾ ਮਸ਼ਹੂਰ ਹੈ, ਤਿੜਬੇ ਦਾ ਮਨ ਸਿੰਘ ਮਸ਼ਹੂਰ ਹੈ। ਪਰ ਪੱਥਾ ਪਹਾੜ ਨਾਲ ਲਾਉਣ ਵਾਲੀ ਗੱਲ ਹੋਈ ਪਈ ਆ ਮੈਦਾਨ ਦੇ ਵਿੱਚ। ਆਹ ਨਹੀਂ ਰੀਸਾ ਆਉਂਦਾ ਅਸ਼ੋਕ ਦਾ, 27ਵਾਂ ਅੰਟੈਰੀਓ ਕਬੱਡੀ ਕੱਪ 2024 ਤੁਹਾਡੇ ਲਈ ਬਹੁਤ ਹੀ ਵਧੀਆ ਇੰਟਰਸਟਿੰਗ ਮੁਕਾਬਲੇ ਲੈ ਕੇ ਹਾਜ਼ਰ ਹੈ ਔਰ ਵਧਾਈ ਹੈ ਉਧਰਲੇ ਪਾਸੇ ਕਪੂਰਥਲੀਆ। ਔਰ ਜਦੋਂ ਕਹਿਣਾ ਆ ਗਿਆ ਪ੍ਰੀਤਾ ਕਪੂਰਥਲੀਆ ਹੈ, ਉਹ ਆ ਗਿਆ ਸਰਬਨ ਰਮੀਤੀ ਵਾਲਾ ਹੈ, ਉਹ ਆ ਗਿਆ ਟਾਂਡੀ ਵਾਲਾ ਬਲਵਿੰਦਰ ਫੇਡਾ। ਲਓ ਮੈਨੂੰ ਲੱਗਦਾ ਵੀ ਮੈਦਾਨ ਦੇ ਵਿੱਚ ਸਾਹਮਣੇ ਇਸ ਵੇਲੇ ਸਿਰੇ ਦੇ ਯੋਧਿਆਂ ਦੀ ਟੱਕਰ ਹੈ। ਉਹ ਜੰਗ ਜਿੱਤਣ ਦੇ ਵਾਸਤੇ ਜਿਹੜਾ ਹਰਦਮ ਰਹੇ ਪਿਆਰ, ਉਹਦੀ ਜਿੱਤ ਹਮੇਸ਼ਾ ਸ਼ਕਰਪੁਰੀਆ ਫਰਿਆਦ ਆ ਰੇਡ ਦੀ ਜਿੱਤ ਗਿਆ। ਇੱਕ ਸਾਈਡ ਤੇ ਬੰਸ ਸਿੰਘ ਦੀ ਮਿੱਤਰ ਕਰਮਜੀਤ ਸਿੰਘ ਦੀ ਸੁੰਦਰ, ਉਧਰ ਮੋਰੋ ਪਿੰਡ ਦਾ ਗੋਖਾ ਡਵਾਲ ਤੇ ਪੱਪੂ ਸੰਘੇੜਾ ਦੀ ਆ। ਪਰ ਵੇਖੀਏ ਇੱਕੀ ਪੌਣ ਸ਼ਰੀਕ ਤੇ ਇਕੱਤੀ ਪੌਣੀ ਪੈਂਦੀ ਆ, ਦੁਨੀਆ ਮੈਂ ਨਹੀਂ ਪਾਉਂਦੀ, ਖੇਡ ਖੇਡ ਵਿਖਾਉਣੀ ਪੈਂਦੀ ਆ। ਫਕਰ ਝੰਡਾ ਇਹਨੂੰ ਕਹਿੰਦੇ ਆ ਵੀ ਕੰਨਾ ਮੁੜ ਜਿਹੜੀ ਆ ਵੱਡੇ ਮਾਸਟਰ ਨੇ। ਨਹੀਂ ਰੀਸਾ ਉਧਰੇ ਪਾਸੇ ਸਾਡੇ ਸਾਰੇ ਰੈਫਰੀ ਸਾਹਿਬਾਨ ਫੈਸਲਾ ਲੈ ਰਹੇ ਹੈ, ਬੰਤ ਨਿੱਜਰ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ, ਨਾਲ ਹੀ ਸੁਨਣ ਸਾਹਿਬ ਕਰਮਜੀਤ ਜੀ ਔਰ ਜਿਹਨਾਂ ਦੀ ਖੇਡ ਕਲੱਬ ਮੇਜਰ ਸਿੰਘ ਜੀ ਨੱਤ ਉਹਨਾਂ ਦੀ ਜੀ ਟੀ ਏ ਕਬੱਡੀ ਕਲੱਬ ਜਿਹੜੀ ਹੈ, ਔਰ ਦੂਸਰੇ ਪਾਸੇ ਜਿਹੜੀ ਹੈ ਯੂਨਾਈਟਡ ਬ੍ਰਿਮਟਨ ਕਬੱਡੀ ਕਲੱਬ ਦਾ ਬਹੁਤ ਹੀ ਸ਼ਾਨਦਾਰ ਮੁਕਾਬਲਾ ਹੈ ਜੋ ਅੱਜ ਦੇ ਕਬੱਡੀ ਕੱਪ ਦੇ ਮੇਨ ਸਪੋਂਸਰ ਨੇ ਸਾਡੇ ਕੇ ਟੂ ਪੈਟਰੋਲੀਅਮ ਪਾਲ ਵਾਲੇ, ਆਰ ਐੱਸ ਜੀ ਲਾਭ ਵਾਲੇ, ਬੀਬੀਡੀ ਪੈਟਰੋਲੀਅਮ ਬੀਬੀਡੀ ਗਰੁੱਪ ਵਾਲੇ, ਬਹੁਤ ਬਹੁਤ ਧੰਨਵਾਦ ਹੈ। ਲਓ ਦੇਖੋ ਸਾਹਮਣੇ ਅਗਲੀ ਕਬੱਡੀ ਪਈ ਹੋਈ ਹੈ, ਉੱਧਰ ਮੇਨ ਟੀਮ ਸਪੋਂਸਰ ਨੇ ਸਾਡੇ ਹਾਂਸ ਟਰਾਂਸਪੋਰਟ ਵਾਲੇ ਕਾਲਾ ਜੀ, ਸਾਡੇ ਕਿੰਗਡਮ ਵਾਲੇ ਸਾਡੇ ਸੁਰਜੀਤ ਸਿੰਘ ਜੀ, ਸੰਨੀ ਮਾਂਗਰ ਜੀ, ਜੱਸਾ ਜੀ, ਸਾਡੇ ਬਰਾੜ ਸਾਹਿਬ, ਔਰ ਨਾਲ ਹੀ ਬੇਨਤੀ ਹੈ ਵੀ ਟਾਈਟਨ ਟਰੱਕ ਰਿਪੇਅਰ ਵਾਲੇ ਸਾਡੇ ਈਸ਼ਰ ਸਿੰਘ ਜੀ, ਜਿਹਨਾਂ ਨੇ ਆਹ ਵੇਖਦਾ ਵੀ ਮੈਨੂੰ ਲੱਗਦਾ ਵੀ ਆਹ ਪਿਰਤਿਆ ਵੇਖ ਮੁੰਡਾ ਹੱਥਾਂ ਵਿੱਚੋਂ ਨਿਕਲਦਾ ਜਾਂਦਾ ਛੂਕਦਾ ਆਉਂਦਾ, ਆਹ ਮਾਝੇ ਦਾ ਗੱਭਰੂ ਛੂਕਦਾ ਆਉਂਦਾ, ਬਹੁਤ ਬਹੁਤ ਧੰਨਵਾਦ ਹੈ। ਲੈ ਵੀ ਪਿਰਤਿਆ ਕਰ ਗੱਲ, ਵੇਖ ਸਾਹਮਣੇ ਕੌਣ ਆ ਗਿਆ ਰੇਡ ਕੋਲ। ਨੌਜਵਾਨ ਧਾਬੀ ਇਸ ਵੇਲੇ ਧੂਰਕੋਟ ਦੀ ਧਰਤੀ ਦਾ ਕਾਲਾ ਗੱਭਰੂ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਨੌਜਵਾਨ, ਇੱਕ ਕੰਨੀ ਤੇ ਸਿੱਖੀ ਸਰੂਪ ਦੇ ਵਿੱਚ ਖੇਡਦਾ ਨੌਜਵਾਨ ਖਡੂਰ ਸਾਹਿਬ ਦਾ ਸੱਤੂ ਹੈ। ਆਹ ਖਿਡਾਰੀ ਦੇ ਨਾਂ ਵੱਖਰੇ ਆ, ਇਹ ਨੌਜਵਾਨ ਕਹਿੰਦੇ ਆਪਦੇ ਜੱਫੇ ਹਰ ਮੈਚ ਦੇ ਵਿੱਚ ਹੀ ਲਾਉਂਦਾ, ਪਰ ਵੇਖੀਏ ਧੂਰਕੋਟ ਦਾ ਕਾਲਾ ਐਨ ਚੋਟੀ ਦਾ ਖਿਡਾਰੀ ਇਸ ਵੇਲੇ ਪਾ ਕਬੱਡੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਅੱਜ ਦੇ ਕਬੱਡੀ ਕੱਪ ਤੇ ਦੁਨੀਆ ਦਾ ਮਹਾਨ ਜਾਫੀ ਆ ਜਿਹਦਾ ਨਾਂ ਜਤਿੰਦਰ ਸਿੰਘ ਗਿੱਲ ਆ, ਪਰ ਕਬੱਡੀ ਦੇ ਵਿੱਚ ਸੋਨੀ ਸਨੇਤ ਐਨ ਜੱਟ ਨੇ ਕਹਿੰਦੇ ਝੰਡੀ ਰੱਖੀ ਆਪਣੀ, ਉਹ ਵੀ ਅੱਜ ਇਸ ਕਬੱਡੀ ਕੱਪ ਦੇ ਉੱਪਰ ਪੁੱਜਿਆ ਹੋਇਆ। ਅਸੀਂ ਜੀਓ ਨੂੰ ਆਖ ਰਹੇ ਹਾਂ ਸਮੁੱਚੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਵੱਲੋਂ, ਸੋਨੀ ਸਨੇਤ ਵਾਲਾ ਵੀ ਅੱਜ ਦੇ ਟੂਰਨਾਮੈਂਟ ਤੇ ਪੁੱਜਿਆ ਹੋਇਆ। ਪਰ ਸਰਾਮਪੁਰੀ ਆ ਜੱਸਾ ਨੌਜਵਾਨ ਕਮਰ ਪੱਟ ਇਸ ਵੇਲੇ ਲੈਂਦੇ ਪੰਜਾਬ ਦੇ ਖਿਡਾਰੀ ਇਸ ਸਾਲ ਕਹਿੰਦੇ ਵੱਡੀ ਤਾਦਾਦ ਦੇ ਵਿੱਚ ਪੁੱਜੇ ਹੋਏ ਆ, ਪਰ ਵੇਖੀਏ
ਪਰ ਸਰਾਮਪੁਰੀਆ ਜੱਸਾ ਇੱਕ ਤਗੜਾ ਅੰਕ ਹੈ ਜਿਹੜਾ ਉਹ ਨੌਜਵਾਨ ਯੂਨਾਈਟਿਡ ਬ੍ਰੈਂਪਟਨ ਦੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਮਨ ਸਿੰਘ ਦੁੱਲਟ ਇਸ ਵੇਲੇ ਜੜਬੇ ਵਾਲਾ ਇਹਨੂੰ ਕਹਿ ਸਕਦੇ ਆ ਵੀ ਉੱਚਾ ਲੰਮਾ ਗੱਭਰੂ ਆ ਇਹ ਕਹਿੰਦੇ ਵੀ ਨੌਜਵਾਨ ਕਹਿੰਦੇ ਸਪੈਦੇ ਜਿੱਡਾ ਗੱਭਰੂ ਕਹਿ ਸਕਦੇ ਆ ਐਂਡ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਡੀਸੀ ਦੇ 2 ਸੀਜ਼ਨਾਂ ਦਾ ਬੈਸਟ ਛੰਨਾ ਗੁਰਦੀਪ ਸਿੰਘ ਭੂਰੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਤੇ ਪ੍ਰੋਫੈਸਰ ਸਾਹਿਬ ਗੱਲ ਕਰਨਗੇ ਫਿਰਦੇ ਆ ਬੀਸੀ ਦੇ 2 ਕੱਪਾਂ ਦਾ ਕੌਣ ਆ ਜਰਾ ਦੱਸੀ ਖੁੱਲ ਕੇ ਦੱਸ ਮੁੰਡੇ ਬਾਰੇ ਇਹ ਗੁਰਦੀਪ ਸਿੰਘ ਭੂਰੀ ਆ ਦਰਸ਼ਕ ਜਿਹੜੇ 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 ਛੰਨਾ ਵਾਲੇ ਨੂੰ ਪਿਆਰ ਕਰਦੇ ਤਾੜੀਆਂ ਜ਼ੋਰਦਾਰ ਮਾਰ ਦਈਏ ਆਪਾਂ ਅੱਜ ਦੇ ਟਾਈਮ ਦਾ ਕਹਿੰਦੇ ਨੌਜਵਾਨ ਮੰਨਿਆ ਪਰ ਮੰਨਿਆ ਰੇਡਰ ਪਰ ਆ ਖਿਡਾਰੀ ਕਹਿੰਦੇ ਰੱਜੀ ਗੋਂਦਲ ਇਸ ਵੇਲੇ ਬੱਗੇ ਪਿੰਡ ਵਾਲਾ ਗੱਭਰੂ ਨੌਜਵਾਨ ਕਬੱਡੀ ਪਾ ਕੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਕਿ ਗੋਲ ਜਿਹਾ ਤੈਰਾ ਦੋ ਹੰਦੇ ਵਿੱਚ ਦਿਸਦੇ ਚੜ ਜਾਂਦਾ ਚਾਂਜ ਦੇ ਖਿਡਾਰੀ ਵਿੱਚ ਦਿਸਦੇ ਕਿ ਜਾਈਏ ਬਲਿਹਾਰੇ ਜੀ ਨੇ ਕਾਟ ਦੀ ਕੱਢੀ ਆ ਖੇਡਣੀ ਕਬੱਡੀ ਅਸਾਂ ਖੇਡਣੀ ਕਬੱਡੀ ਆ ਪਰ ਇਹਦਾ ਕਹਿੰਦੇ ਕਰਸੀਆਂ ਪਿੰਡ ਲੋਟਬੰਦੀ ਰਾਏਕੋਟ ਦੇ ਲਾਗੇ ਉਹ ਇੱਥੇ ਕਹਿੰਦੇ ਇੱਕ ਹੋਰ ਵਾਲਾ ਜੱਫਾ ਇੰਦਰਜੀਤ ਕਾਸੀ ਵਾਲਾ ਪਰ ਪਧਾਉਣਾ ਪੱਪੂ ਨੇ ਫੈਸਲਾ ਕਰ ਦਿੱਤਾ ਵੀ ਪੁਆਇੰਟ ਕਾਮਨ ਹੋ ਚੁੱਕਿਆ ਅਗਲਾ ਮੈਚ ਜਿਹੜਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਤੇ ਇੰਟੈਰੀਓ ਕਬੱਡੀ ਕਲੱਬ ਇਹਨਾਂ ਦੋਨਾਂ ਟੀਮਾਂ ਦੇ ਵਿਚਕਾਰ ਹੋਵੇਗਾ ਸੋ ਅਸੀਂ ਦੋਨਾਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਵੀ ਅਗਲੇ ਮੈਚ ਲਈ ਉਹ ਤਿਆਰ ਰਹਿਣ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਅਤੇ ਇੰਟੈਰੀਓ ਕਬੱਡੀ ਕਲੱਬ ਜੋ ਸਾਡੇ ਪ੍ਰੈਜ਼ੀਡੈਂਟ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਜੋ ਅੱਜ ਦੀ ਮੇਜ਼ਬਾਨ ਹੋਸਟ ਜਿਹੜੀ ਕਲੱਬ ਹੈ ਕਾਲਾ ਹਾਂ ਜੀ ਪ੍ਰੈਜ਼ੀਡੈਂਟ ਨੇ ਸਾਡੇ ਵਾਈਸ ਪ੍ਰੈਜ਼ੀਡੈਂਟ ਵੀ ਸਾਡੇ ਵਿਚਕਾਰ ਪੁੱਜ ਗਏ ਹੈ ਔਰ ਬਦਨਾਮ ਚੀਮਾ ਜੀ ਸਾਡੇ ਭਾਰਦਵਾਜੀਆਂ ਵਾਲੇ ਉਹ ਸੈਕਟਰੀ ਨੇ ਔਰ ਮਲਕੀਤ ਸਿੰਘ ਜੀ ਦਿਓ ਜਿਹੜੇ ਹੈ ਇਸ ਕਲੱਬ ਦੇ ਖਜ਼ਾਨਚੀ ਨੇ ਡਾਇਰੈਕਟਰ ਈਸ਼ਰ ਸਿੱਧੂ ਜੀ ਸਾਡੇ ਟਾਈਟਨ ਟਰੱਕ ਰਿਪੇਅਰ ਵਾਲੇ ਅਮਨਦੀਪ ਸਿੰਘ ਜੀ ਮਾਂਗੜ ਜੀ ਗੋਗਾ ਗੋਹਣੀਆਂ ਜੀ ਚਲ ਜਾਓ ਸਾਡੀਆਂ ਬੀਬੀਆਂ ਭੈਣਾਂ ਪੁੱਜਦੀਆਂ ਨੇ ਉਹ ਮੇਲਾ ਸਫਲ ਹੋ ਜਾਂਦਾ ਹੈ ਜਿੱਥੇ ਸਾਡੀਆਂ ਬਹੁਤ ਹੀ ਪੁੱਜਣਯੋਗ ਭੈਣਾਂ ਬੀਬੀਆਂ ਸਾਡੀਆਂ ਪੁੱਜਦੀਆਂ ਨੇ ਬਹੁਤ ਬਹੁਤ ਧੰਨਵਾਦ ਹੈ ਔਰ ਨਾਲ ਹੀ ਭਿੰਦਰ ਸੇਖੋਂ ਜੀ ਸਾਡੇ ਪਿੰਕੀ ਢਿੱਲੋਂ ਜੀ ਜਸਪਾਲ ਗੋਹਣੀਆਂ ਜੀ ਔਰ ਗੁਰਨੇਕ ਨਿੱਕ ਗੋਹਣੀਆਂ ਜੀ ਜੱਸਾ ਬਰਾੜ ਜੀ ਔਰ ਚਿਤਵੰਤ ਸਿੱਧੂ ਜੀ ਪਰਮਜੀਤ ਬਲੀਨਾ ਜੀ ਗੁਰਬਾਜ ਗੋਹਣੀਆਂ ਜੀ ਬੱਬੀ ਬਲੀਨਾ ਜੀ ਹਰਜਿੰਦਰ ਸਿੰਧ ਜੀ ਸਾਡੇ ਬਹੁਤ ਪੁਰਾਣੇ ਪ੍ਰਮੋਟਰ ਨੇ ਸਾਡੀ ਮੈਟਰੋ ਖੇਡ ਕਲੱਬ ਦੇ ਔਰ ਨਾਲ ਹੀ ਸਾਡੇ ਬਹੁਤ ਸਤਿਕਾਰਯੋਗ ਕਿੰਗਡਿੰਗ ਟੀਮ ਮੈਂਬਰ ਸੁਰਜੀਤ ਸਿੰਘ ਜੀ ਕਾਲਾ ਸੰਨੀ ਮਾਂਗੜ ਜੀ ਜੱਸਾ ਬਰਾੜ ਗੋਪਾਲ ਰੰਧਾਵਾ ਜੀ ਵਿਨੇ ਗਿੱਲ ਜੀ ਦਵਿੰਦਰ ਮਾਨ ਜੀ ਕਾਲਾ ਕੁਲਾਰ ਜੀ ਸੁੱਖਾ ਕੁਲਾਰ ਜੀ ਮਿੰਟੂ ਬਿਲਗਾ ਜੀ ਪ੍ਰਸਿੱਧ ਕਬੱਡੀ ਖਿਡਾਰੀ ਔਰ ਸੋਨੀ ਸਨੇਤ ਆਪਣੇ ਸਮੇਂ ਦਾ ਗ੍ਰੇਟ ਬਾਲ ਆਫ ਚਾਈਨਾ ਚੇਨ ਦੀ ਕੰਧ ਦੇ ਤੌਰ ਤੇ ਜਾਣੇ ਦਾ ਕੀਪਾ ਛੇਣੇ ਪਰਮਿੰਦਰ ਗਿੱਲ ਜੀ ਤੇ ਰਾਬਲ ਸਿੰਘ ਜੀ ਅਗਲੀ ਗੱਲ 473 ਕਿਲੋ ਹਰਚ ਦੇ ਸਾਡਾ ਕੌਣ ਪਿਰਤਾ ਚੀਮਾ ਉਧਰ ਬਹੁਤ ਬਹੁਤ ਧੰਨਵਾਦ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਜਸਵਿੰਦਰ ਸਿੰਘ ਜੀ ਸ਼ੋਕਰ ਪ੍ਰਧਾਨ ਮੇਜਰ ਸਿੰਘ ਜੀ ਨੱਤ ਸੈਕਟਰੀ ਇੰਦਰਜੀਤ ਸਿੰਘ ਜੀ ਧੋਗਾ ਚੇਅਰਮੈਨ ਸ਼ੇਰਾ ਮੰਡੇਰ ਜੀ ਰਾਣਾ ਸਿੱਧੂ ਮਲਕੀਤ ਸਿੰਘ ਜੀ ਦਿਓਲ ਸੁੱਖਾ ਰੰਧਾਵਾ ਜੀ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਉੱਥੇ ਹੀ ਯੂਨਾਈਟਡ ਬ੍ਰੈਂਪਟਨ ਦੀ ਟੀਮ ਦੇ ਸਪੋਂਸਰ ਆ ਜਿਹੜੇ ਹਰਮਨ ਟਰੈਕਿੰਗ ਦੇ ਜਸਵਿੰਦਰ ਸਿੰਘ ਜੀ ਸ਼ੋਕਰ ਜਿਹੜਾ ਸ਼ੋਕਰ ਜੀ ਜੋ ਕਿ ਪ੍ਰਧਾਨ ਆ ਨਿੰਦਰ ਸ਼ੋਕਰ ਸੁਖੀ ਚਾਂਦੀ ਜੀ ਤੇ ਮਾਂਗੜ ਨਵਜੋਤ ਸਿੰਘ ਜੀ ਸਿੰਧ ਪਰ ਕਬੱਡੀ ਕਹਿੰਦੇ ਸੜਬੇ ਵਾਲੇ ਮਨ ਸਿੰਘ ਦੁੱਲੜ ਦੀ ਪੈ ਚੁੱਕੀ ਆ ਹੁਣ ਜਾਫੀ 4
ਇੱਕ ਕੰਨੀ ਤੇ ਸੋਨੀ ਆ ਫਕਰ ਝੰਡਿਆ ਵਾਲਾ, ਪਰ ਸੀਲੂ ਦਾ ਵੀਰ ਆ। ਗੱਲ ਸ਼ੀਲੂ ਬਾਹੂ ਅਕਬਰਪੁਰੀਏ ਦੇ ਵੀ ਬਿੜਸਰ ਦੇ ਕੱਪ ਤੇ ਥੋੜੀ ਸੱਟ ਵੱਜ ਗਈ। ਪਰਮਾਤਮਾ ਮਿਹਰ ਕਰੇ, ਮਾਣੂ ਕੇ ਗਿੱਲ ਵਾਲਾ ਜੱਗਾ ਸ਼ੀਲੂ ਉਹ ਖਿਡਾਰੀ ਫਿਰ ਫਿੱਟ ਹੋ ਕੇ ਜੋੜੇ ਦੇ ਰਵੀ ਵਰਗੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਣ। ਪਰ ਸਰਾਮਪੁਰੀ ਆ ਜੱਸਾ ਨੌਜਵਾਨ ਫਰਿਆਦ ਨੂੰ ਟੱਚ ਕਰਕੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ। ਜਿੰਨੇ ਵੀ ਦਰਸ਼ਕ ਪੁੱਜਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਟਰੋ ਪੰਜਾਬੀ ਸਪੋਰਟਸ ਕਲੱਬ ਵਾਲਿਆਂ ਦਾ ਕੱਪ ਖੇਡਿਆ ਜਾ ਰਿਹਾ ਤੇ ਲੈਂਦੇ ਪੰਜਾਬ ਦੇ ਬੰਗੇ ਪਿੰਡ ਦਾ ਰੱਜੀ ਗੋਂਦਲ ਇਸ ਵੇਲੇ ਬਲਾਲ ਢਿੱਲੋਂ ਖੇਡਦਾ, ਉੱਥੇ ਹੀ ਕਹਿੰਦੇ ਨੌਜਵਾਨ ਰਾਜਪੂਤ ਖੇਡਦਾ, ਜੁਲਕਰ ਨਾਇਨ ਡੋਗਰ ਖੇਡਦਾ, ਪਰ ਬਰਸਾਲਪੁਰੀ ਆ ਗੱਭਰੂ ਇਸ ਵੇਲੇ ਅਰਸ਼ ਮਹਿਤੋਂ ਪਰਿਵਾਰ ਦਾ। ਕਹਿੰਦੇ ਜਦੋਂ ਗੱਭਰੂ ਦੇ ਨਾਲ ਸਿੱਖੀ ਸਰੂਪ ਦੇ ਵਿੱਚ ਖੇਡਦਾ ਸੀਗਾ ਫਿਰ ਗੱਲ ਹੋਰ। ਆਹ ਵੇਖੀਏ ਇੱਕ ਜੋੜ ਵਾਲਾ ਜੱਫਾ ਉਗਲ ਖੜੀ ਕਰ ਦਿੱਤੀ ਆ ਨੌਜਵਾਨ ਗੱਭਰੂ ਨੇ, ਲਾਲ ਤਕੜਾ ਜੱਫਾ। ਇੱਧਰ ਕਬੱਡੀ ਛੰਨਾ ਇਹ ਭੂਰੀ ਨੇ ਪਾ ਦਿੱਤੀ ਆ ਨੌਜਵਾਨ ਥੱਬੇ ਥੱਬੇ ਦੇ ਪਾਟਾ ਫਰਿਆਦ ਇੰਦਰਜੀਤ ਸੱਤੂ ਤੇ ਨਾਲ ਕਹਿੰਦੇ ਲਹਿੰਦੇ ਪੰਜਾਬ ਵਾਲਾ ਗੱਭਰੂ ਇਸ ਵੇਲੇ। ਪਰ ਕਲਸੀਆ ਆਈ ਤੇ ਆਇਆ ਕੁਝ ਵੀ ਕਰ ਦਿੰਦਾ, ਇਹ ਕਹਿੰਦੇ ਅੜੀਆਂ ਭੰਨਣ ਵਾਲਾ ਜਾਫੀ ਆ ਜਨੇਤਪੁਰੀ ਆ। ਜਦੋਂ ਉਹਨੂੰ ਨੋਟ ਕੀਤਾ ਨਾ ਫਰਿਆਦ ਤੋਂ ਜੱਫਾ ਨਹੀਂ ਲੱਗਿਆ, ਉਹਨੂੰ ਸ਼ਾਬਾਸ਼ੀ ਦਿੱਤੀ, ਕਹਿੰਦਾ ਹੌਸਲਾ ਰੱਖ ਅਗਲੀ ਵਾਰ ਮੈਂ ਕਸਰ ਕੱਢ ਦੂੰ, ਆਹ ਨਾਲ ਹੀ ਲੱਗੇ ਨਾ ਕਹਿੰਦੇ ਇਹਨੇ ਕਸਰ ਕੱਢ ਦਿੱਤੀ ਹੈ। ਇਹ ਜੋੜੀ ਵੀ ਬੜੀ ਮਸ਼ਹੂਰ ਹੈ। ਔਰ ਉਧਰਲੇ ਪਾਸੇ ਸੋਨੀ ਮਾਂਗੜ ਜੀ, ਸਾਡੇ ਕਾਕਾ ਕੁਲਾਰ ਸੁੱਖਾ ਕੁਲਾਰ ਸੁਖਦੇਵ ਸਿੰਘ ਢੇਸੀ ਤੇ ਸੋਨੂ ਗਰੇਵਾਲ ਜੀ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਟਰੋ ਦੇ ਮੈਂਬਰਾਂ ਦਾ। ਆਹ ਵੇਖੋ ਸਾਹਮਣੇ ਨੌਜਵਾਨ ਕਹਿੰਦਾ ਵੀ ਉਧਰਲੇ ਪਾਸੇ ਟੱਚ ਹੋ ਚੁੱਕਾ, ਨੀਟਾ ਜੀ ਵੀ ਕਹਿੰਦੇ ਹੈ ਆਹ ਵੀ ਹੋਈ ਜਾਂਦਾ, ਜੱਜ ਫੈਸਲਾ ਹੋਰ ਕਰੀ ਜਾਂਦਾ, ਦੋਨੋਂ ਧਿਰਾਂ ਆਪਣਾ ਆਪਣਾ ਹੀ ਰੌਲਾ ਪਾਈ ਜਾਂਦੀਆਂ ਨੇ, ਪਤਾ ਕੁਛ ਨਹੀਂ। ਬੰਦ ਨਿਜਰ ਜੀ ਵੀ ਦੇਖਦੇ ਹੈ ਔਰ ਬਹੁਤ ਹੀ ਸੁਹਾਵਣਾ ਮੌਸਮ ਬਣਿਆ ਹੋਇਆ ਹੈ। ਬਲਜੀਤ ਸਿੰਘ ਜੀ ਮਹਿਤੋਤ ਹੈਪੀ ਮਹਿਤੋਤ ਤੇ ਗੁਰਮੁਖ ਸਿੰਘ ਜੀ ਹਾਫਸਾਬਾਦ ਵਾਲੇ ਬਹੁਤ ਬਹੁਤ ਧੰਨਵਾਦ ਹੈ ਜੀ ਐਨੋ। ਲਓ ਉਧਰਲੇ ਪਾਸੇ ਬੰਟੀ ਦੀ ਕਬੱਡੀ ਪੈ ਗਈ, ਫਿਰ ਤੇ ਚੁੱਕਲਾ ਮਾਈਕ ਕਰਦੇ ਔਰ ਸ਼ੇਰ ਪੁੱਤ ਦੀ ਗੱਲ ਕਰਦੇ। ਦੇਖ ਸਾਹਮਣੇ ਸਰਪੰਚ ਆ ਗਿਆ ਕਬੱਡੀ ਦਾ ਗੁਰਵਿੰਦਰ ਸਿੰਘ ਬੰਟੀ ਇਸ ਵੇਲੇ ਟਿੱਬੇ ਵਾਲਾ ਗੱਭਰੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਨੌਜਵਾਨ ਫਰਿਆਦ ਇਸ ਵੇਲੇ ਸ਼ਕਰਪੁਰੀ ਆ ਗੱਭਰੂ ਟਿੱਬੇ ਵਾਲੇ ਬੰਟੀ ਦੇ ਨਾਲ ਮੁਕਾਬਲਾ ਲੱਗਿਆ ਪਿਆ ਜੋਰ ਕਬੱਡੀ। ਸੋਨੀ ਝਾਵਰ ਵੀ ਸਾਡਾ ਵੀਰ ਗੋਡੀ ਲਾਲਾ ਮੁਬਾਰਕਬਾਦ ਭੇਜਦਾ ਸਮੁੱਚੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ ਡੀਸੀ ਦੇ ਸਰੀ ਸ਼ਹਿਰ ਤੋਂ। ਪਰ ਵੇਖੀਏ ਨੌਜਵਾਨ ਕੌਣ, ਰਵੀ ਕਲਸੀਆਂ ਵਾਲਾ ਇਸ ਵੇਲੇ ਸਿੱਖੀ ਸਰੂਪ ਦੇ ਵਿੱਚ ਖੇਡਦਾ ਖਿਡਾਰੀ ਆ। ਪਰ ਵੇਖੀਏ ਨੌਜਵਾਨ ਫਕਰ ਝੰਡਿਆ ਵਾਲਾ ਸੋਨੀ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਐਨ ਸਿਰਾ ਕਰਵਾ ਕੇ ਆਇਆ, ਪਰ ਸੀਲੂ ਦਾ ਵੀਰ, ਪਰ ਇਹ ਇੰਦਰਜੀਤ ਦਾ ਵੀਰ ਹੈ ਨੌਜਵਾਨ ਫੱਟੀ ਪਾ ਕੇ ਪੁਆਇੰਟ ਆ ਜਿਹੜਾ ਜੀ ਟੀ ਏ ਦੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਚੱਲਦੇ ਆ ਮੈਚ ਦਾ ਹਾਫ ਸਮਾਂ ਹੋ ਚੁੱਕਿਆ, ਦਰਸ਼ਕ ਵੀਰੇ ਇਸ ਮੈਚ ਦੇ ਹਾਫ ਸਮੇਂ ਤੱਕ ਪੁਆਇੰਟ ਸੁਣਿਆ ਜਿਹੜਾ ਧਿਆਨ ਦੇ ਨਾਲ, ਯੂਨਾਈਟਡ ਬ੍ਰੈਂਪਟਨ ਦੀ ਟੀਮ ਦੇ ਪੁਆਇੰਟ 17, ਜੀਟੀਏ ਕਬੱਡੀ ਕਲੱਬ ਦੀ ਟੀਮ ਦੇ ਪੁਆਇੰਟ ਐਂਡ ਦਰਸ਼ਕ ਗੌਰ ਨਾਲ ਸੁਣਦੇ ਆ 17.5 ਪੁਆਇੰਟ ਮੈਚ ਵਧੀਆ ਲੱਗ ਰਿਹਾ, ਤਾੜੀਆਂ ਮਾਰਦੇ ਜ਼ੋਰਦਾਰ। ਤੇ
ਇਹ ਮੈਂ ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਅੰਟੇਰੀਓ ਕਬੱਡੀ ਫੈਡਰੇਸ਼ਨ ਦਾ ਥੈਂਕ ਯੂ ਕਰਨਾ ਚਾਹੁੰਦਾ ਹਾਂ ਤੇ ਬਹੁਤ ਤਾਜ਼ੀ ਤਾਜ਼ੀ ਖਬਰ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਅਗਲੇ ਹਫ਼ਤੇ। ਬਹੁਤ ਬਹੁਤ ਧੰਨਵਾਦ। ਉਧਰਲੇ ਪਾਸੇ ਵੇਖੋ ਸਾਹਮਣੇ ਜੱਸਾ ਤਰਸ ਰੰਪਰੀਆ ਆਉਂਦਾ ਘੋੜੇ ਵਾਂਗੂ ਛੁਕਦਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਕਹਿੰਦੇ ਹੁੰਦੇ 139 ਕਿਉਂਕਿ ਲਗਭਗ 139 ਕਿਲੋ ਭਾਰ ਹੈ ਮੁੰਡੇ ਦਾ। 3 × 3 = 3 × 3 = 9 139 ਕਿਲੋਗ੍ਰਾਮ ਆ ਭਾਰ ਜਮੀਰ ਸਿੰਘ ਹੈ ਮਨ ਸਿੰਘ। ਬਹੁਤ ਬਹੁਤ ਧੰਨਵਾਦ ਲੈ ਵੀ ਫਿਰ ਤਿਆਗ ਕਰਦੇ ਗੱਲ ਉਹਨਾਂ ਦੇ GTA ਕਬੱਡੀ ਕਲੱਬ ਦੇ ਟਰਾਂਟੋ ਟਾਇਰ ਸੈਂਟਰ ਦੇ ਦਲਜੀਤ ਸਿੰਘ ਜੀ ਸੋਤਾ ਡੱਫਰ ਪਿੰਡ ਵਾਲੇ ਏਸ਼ੀਅਨ ਫੂਡ ਦੇ ਮੇਜਰ ਸਿੰਘ ਜੀ ਨੱਤ ਜਗਦੀਸ਼ ਗਰੇਵਾਲ ਜੀਤਾ ਨੱਤ ਜੀ ਸੁਲੱਖਣ ਨੱਤ ਜੀ ਪਾਕੂਲੇ ਟਾਇਰ ਦੇ ਕਰਮਜੀਤ ਸਿੰਘ ਜੀ ਸੁੰਨੜ ਬਲਵੰਤ ਸਿੰਘ ਜੀ ਸੰਧੂ ਉੱਥੇ ਹੀ JV ਐਕਸਪ੍ਰੈਸ ਦੇ ਸੇਵਾ ਸਿੰਘ ਜੀ ਰੰਧਾਵਾ ਗਿੱਲਾ ਰੰਧਾਵਾ ਜੀ KVS ਟਰਾਂਸਪੋਰਟ ਦੇ ਜਿੰਦਰ ਸਿੰਘ ਜੀ ਬੁੱਟਰਾ ਬਲਵੰਤ ਸਿੰਘ ਜੀ ਢੀਂਡਸਾ ਅਮਰਤ ਬੁੱਟਰ ਤਨਵੀਰ ਢੀਂਡਸਾ ਬੰਤ ਸਿੰਘ ਜੀ ਨਿੱਜਰ ਮੇਲ ਨਿੱਜਰ ਸਰਾਏ ਟਰੈਕਿੰਗ ਦੇ ਸਨਾਮ ਸਰਾਏ ਬਿੰਦੀ ਸਰਾਏ ਗੈਰੀ ਸਰਾਏ ਸਰਦੂਲ ਸਿੰਘ ਜੀ ਥਿਆਰਾ ਰਵਿੰਦਰ ਬਿਰਕ ਜੋਨੀ ਨਰਿੰਦਰ ਸਿੱਧੂ ਬੇਲੀ ਸੰਘਾ ਗੁਰਨੇਕ ਬੱਲ BC ਤੋਂ ਕਾਲੇ ਸੰਘਿਆਂ ਦਾ ਜਵਾਰਾ ਤੇ ਸ਼ੀਸ਼ਾ ਸੰਘਾ ਬਹੁਤ ਧੰਨਵਾਦ ਫਿਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਗੋਗਾ ਗੋਰੀਆਂ ਜੀ ਜੋ ਕਿ ਐਜ਼ ਏ ਟੂਰਨਾਮੈਂਟ ਦੇ ਲਈ ਜਿਹੜੀਆਂ ਸਤਿਕਾਰਯੋਗ ਸ਼ਖਸੀਅਤਾਂ ਪੁੱਜ ਰਹੀਆਂ ਉਹਨਾਂ ਦੇ ਲਈ ਆਰਗੇਨਾਈਜ਼ਰ ਹੈ ਜੋ ਕਿ ਟੂਰਨਾਮੈਂਟ ਦੇ ਮੇਨ ਸਪੌਂਸਰ ਹੈ ਬਹੁਤ ਬਹੁਤ ਧੰਨਵਾਦ। ਬੁੱਲੇ ਨੰਗਲ ਵਾਲਾ ਭੋਰੀ ਇਸ ਵੇਲੇ ਬਰਸਾਲਪੁਰੀ ਆ ਗੱਭਰੂ ਪਰ ਆਹ ਸਾਲ ਕਹਿੰਦੇ ਬੁੱਲੇ ਨੰਗਲ ਦੇ ਭੋਰੀ ਨੇ ਵੀ ਕਬੱਡੀਆਂ ਟੌਪ ਦੀਆਂ ਪਾਈਆਂ ਤੇ ਛੰਨਾ ਵਾਲੇ ਬਾਬੇ ਕਹਿੰਦੇ ਕੋਈ ਤੋੜ ਹੀ ਨਹੀਂ ਅੱਜ ਦੇ ਟਾਈਮ ਦੇ ਵਿੱਚ ਲੋਕੀ ਗੱਲਾਂ ਕਰਦੇ ਆ ਵੀ ਜਿਹੜੀਆਂ ਕਬੱਡੀਆਂ ਛੰਨਾ ਵਾਲਾ ਭੋਰੀ ਟਰਾਂਟੋ ਦੇ BC ਦੇ ਵਿੱਚ ਪਾ ਗਿਆ ਉਹਨਾਂ ਨੇ ਵੀ ਵੱਖਰੇ ਰਿਕਾਰਡ ਬਣਾ ਦਿੱਤੇ ਆ। ਕਮਰ ਬੰਦ ਇਸ ਵੇਲੇ ਲੈਂਦੇ ਪੰਜਾਬ ਦਾ ਗੱਭਰੂ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਧਾਵੀ ਦਾ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਆਇਆ। ਕਲਸੀ ਵਾਲਾ ਰਵੀ ਇਸ ਵੇਲੇ ਕਾਲਾ ਹਾਜੀ ਪ੍ਰੈਜੀਡੈਂਟ ਓਮਕਾਰ ਸਿੰਘ ਜੀ ਗਰੇਵਾਲ ਵਾਈਸ ਪ੍ਰੈਜੀਡੈਂਟ ਬਰਾਜ ਚੀਮਾ ਜੀ ਬਲਜੀਤ ਸਿੰਘ ਜੀ ਦੇਵ ਪਰ ਦੇਖੀਏ ਨੌਜਵਾਨ ਕਲਸੀ ਵਾਲਾ ਰਵੀ ਇਸ ਵੇਲੇ ਮਿਹਨਤ ਕਰਦਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਅੰਦਰ ਜੀ ਦਵਾਂਗਾ ਆਹ ਖਿਡਾਰੀ ਨੇ ਵੀ ਸਟਾਰ ਬਣ ਜਾਣਾ। ਕਲਸੀ ਵਾਲਾ ਰਵੀ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਟੇਬੇ ਵਾਲਾ ਬੰਟੀ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹੋਇਆ। ਵਾਹ ਮਾਣ ਹੈ ਖੇਡ ਕਬੱਡੀ ਦਾ ਨੌਜਵਾਨ ਇਸ ਵੇਲੇ ਮੈਦਾਨ ਦੇ ਵਿੱਚ ਅੱਜ ਸ਼ੇਰਾਂ ਵਾਂਗੂ ਮੁੱਕਦਾ ਫਿਰਦਾ ਪਰ ਸਾਹਮਣੇ ਵੀ ਇਸ ਨੌਜਵਾਨ ਦੀ ਪਕੜ ਦੇ ਵਿੱਚੋਂ ਮੈਨੂੰ ਲੱਗਦਾ ਵੀ ਨਿਕਲ ਪਾਵੇਗਾ ਗੁੱਟ ਫੜਿਆ ਹੋਇਆ ਔਰ ਲਾਇਆ ਹੋਇਆ ਰੋਪੜੀਆ ਜਿੰਦਾ ਨੌਜਵਾਨ ਨੇ ਬਾਂਟੀ ਕੋਸ਼ਿਸ਼ ਕਰ ਰਿਹਾ ਪਰ ਲੱਗਦਾ ਮੈਨੂੰ ਕਿ ਸ਼ਾਇਦ ਜਿੰਦਾ ਖੋਲ ਦਊਗਾ ਪਰ ਬਗਾਨਾ ਪੁੱਤ ਵੀ ਬਿਜਲੀ ਬੋਰਡ ਦੇ ਕਰੰਟ ਵਾਂਗੂ ਚਿੰਬੜਿਆ ਪਿਆ ਔਰ ਸਮਾਂ ਬੀਤਦਾ ਜਾਂਦਾ ਔਰ ਬਾਂਟੀ ਭੱਜ ਲੈ ਵੇ ਮਿੱਤਰਾ ਕੇ ਟਕੂਏ ਨਾ ਟਕੂਆ ਫੜ ਕੇ ਔਰ ਭੱਜ ਲੈ ਵੇ ਮਿੱਤਰਾ ਨਵੀਂ ਚਿੰਮਿਆ ਕਰਦੇ ਗੱਲ ਇੱਧਰੇ ਮਨ ਸਿੰਘ ਆ ਗਿਆ 139 ਆ ਗਿਆ 139 ਆ ਗਿਆ ਫਿਰ ਬਿਆਰਾ ਮਨ ਸਿੰਘ ਸੁਖਦਰਸ਼ਨ ਸਿੰਘ ਜੀ ਚਾਲ ਗੱਲ ਕਰਨਗੇ ਆਪਣੀ ਕਲਮ ਦੇ ਨਾਲ ਵੀ ਕਿਹੜੇ ਖਿਡਾਰੀ ਨੇ ਕਿੱਦਾਂ ਦਾ ਪ੍ਰਦਰਸ਼ਨ ਕੀਤਾ ਜਦੋਂ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਐਂਡ ਕੱਪ ਹੋਇਆ ਪਰਸਰਾਮਪੁਰੀ ਆ ਜੱਸਾ ਸਿੱਧਵਾ ਦੋਨੇ ਵਾਲੇ ਜੱਸੇ ਨੂੰ ਕੌਂਕਣ ਦਾ ਖਿਤਾਬ ਦਿੱਤਾ ਗਿਆ ਮੰਡੀਆਂ ਵਾਲਾ ਜੱਸਾ ਦੁਨੀਆ ਦਾ ਮਹਾਨ ਖਿਡਾਰੀ ਜਿਹਦੇ ਸਪੁੱਤਰ ਵੀ ਤਕੜੇ ਹੀ ਹੋਇਆ ਪਰ ਉਹ ਵੇਖੀਏ ਤੂੰ ਰੁੱਤਬਾ ਦੀ ਤੇ ਇੱਕ ਪਤਾ ਲੈ ਜੇ ਮੈਂ ਤੁਰੇ ਨਹੀਂ ਡਾਕੂ ਚੰਬਲ ਦਾ
ਕਿ ਕੁਝ ਨਹੀਂ ਲੰਘਾਤਾ ਪੁਲਾਂ ਥੱਲੋਂ, ਬਸ ਡੈਮ ਜਾਣ ਦਾ ਨੰਗਲ ਦਾ। ਬਾਈ ਜੀਰੂ ਪਰਸਰਾਮਪੁਰੀਏ ਜੱਸੇ ਦੀਆਂ ਰੇਡਾਂ ਚੰਗੀਆਂ ਲੱਗੀਆਂ, ਤਾੜੀਆਂ ਮਾਰਦੇ ਗੱਭਰੂ ਦੇ ਲਈ। ਐਂਡ ਚੋਟੀ ਦੀਆਂ ਰੇਡਾਂ ਇਸ ਮੈਚ ਦੇ ਵਿੱਚ ਪਰਸਰਾਮਪੁਰੀਏ ਜੱਸੇ ਨੇ ਪਾਈਆਂ, ਫੁੱਲੇ ਨੰਗਲ ਵਾਲਾ ਭੋਰੀ। ਪਰ ਵੇਖੀਏ ਮਾਝੇ ਦਾ ਮਝੈਲ ਜੱਟ ਪੁਆਇੰਟ ਆਪਣੀ ਟੀਮ ਦੇ ਉਸਦੇ ਵਿੱਚ ਜੋੜਦਾ ਆਇਆ। ਨੇਲ ਨਿੰਗਰ ਦਾ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ, ਉਹ ਵੀ ਕਹਿੰਦੇ ਅੱਜ ਦੇ ਟੂਰਨਾਮੈਂਟ ਤੇ ਪੁੱਜਿਆ ਹੋਇਆ। ਇੱਧਰ ਅਗਲੀ ਰੇਡ ਪਾਉਣ ਦੇ ਲਈ ਧੂਰ ਕੋਟ ਵਾਲਾ ਕਾਲਾ ਨੌਜਵਾਨ ਗੱਭਰੂ ਇਸ ਵੇਲੇ ਧੂਰੀ ਤੇ ਕਾਲੇ ਦੀ ਜੋੜੀ ਐਨ ਮਸ਼ਹੂਰ ਆ। ਪਰ ਖਡੂਰ ਸਾਹਿਬ ਦਾ ਸੱਤੂ ਸੋਹਣੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਆ ਜਿਹੜਾ ਧੂਰ ਕੋਟ ਵਾਲਾ ਕਾਲਾ ਆਪਣੀ ਟੀਮ ਯੂਨਾਈਟਡ ਬ੍ਰੈਂਪਟਨ ਦੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ। ਨਵਜੋਤ ਸਿੰਘ ਉਹਨਾਂ ਦੀ ਖੇਡ ਕਲੱਬ, ਰਾਜਵਿੰਦਰ ਕੂਨਰ ਉਹਨਾਂ ਦੀ, ਗੁਰਮੁਖ ਸਿੰਘ ਜੀ ਗੋਕਾ ਟਵਾਰ ਖੇਡ ਮੈਦਾਨ ਦੇ ਵਿੱਚ, ਪੱਪੂ ਸੰਘੇੜਾ ਜੀ, ਜਸਵਿੰਦਰ ਸਿੰਘ ਜੀ ਸ਼ੋਕਰ ਉਹਨਾਂ ਦੀ ਟੀਮ ਆ। ਪਰ ਵੇਖੀਏ ਪੁਆਇੰਟ ਭੂਰੀ ਇਸ ਵੇਲੇ ਬੁੱਲੇ ਨੰਗਲ ਵਾਲਾ, ਫਿਰ ਭੂਰੀ ਆ ਗਿਆ ਚੰਨਾ ਵਾਲਾ ਕਿ ਟੌਪ ਦੇ ਜਾਫੀ ਗੱਭਰੂ ਨੇ ਮੂਹਰੇ ਲਾ ਲਿਆ। ਪਿੰਡ ਛੰਨਾ ਪੈਂਦਾ ਇਹਦਾ ਕੋਲ ਬਰਨਾਲੇ ਆ, ਖੇਡੇ ਦੀ ਵੇਖ ਕੇ ਚੜ੍ਹਦੀ ਏ ਲੋਰ ਗੱਭਰੂ ਦੇ ਪਿੰਡੇ ਵਿੱਚ, ਅੰਨਾ ਏ ਜੋਰ ਢਾਲੀ ਵਾਲ ਪਰਿਵਾਰ ਦਾ। ਉਹ ਚੱਲਿਆ ਛੰਨਾ ਦਾ ਭੂਰੀ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਇਸ ਵੇਲੇ ਜੋੜਦਾ ਆਇਆ। ਰਾਣਾ ਸਿੱਧੂ ਜੀ, ਮਨਜੀਤ ਸਿੰਘ ਜੀ ਘੋਤਰਾ, ਦਲਜੀਤ ਸਿੰਘ ਜੀ ਸੋਹਤਾ ਤੇ ਉਹਨਾਂ ਦੇ ਨਾਲ ਜਿੰਦਰ ਸਿੰਘ ਜੀ ਫੁੱਟ, ਸੁੱਖੇ ਰੰਧਾਵੇ ਹੁਣੀ ਹਾਲਤ ਪੈਰ ਦੇ ਮਿੱਟੂ ਆਨੰਦ ਲੈ ਰਹੇ ਇਸ ਮੈਚ ਦਾ, ਕਿਉਂਕਿ ਅੱਧੇ ਅੰਕ ਦੇ ਫਰਕ ਦੇ ਨਾਲ ਪਹਿਲੇ ਹਾਫ ਦਾ ਰਿਜ਼ਲਟ ਸੀਗਾ। ਫਾਈਨਲ ਰਿਜ਼ਲਟ ਕੀ ਹੋਣਾ ਕਿ ਅਜੇ ਤਾਂ ਤੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ। ਆ ਜਿਵੇਂ ਪੱਟੂ ਸਾਹਿਬ, ਆ ਸਲਾਮਾਂ ਅਲੈਕਮ, ਕਿਆ ਬਾਤ ਆ, ਜਦੋਂ ਭੱਜਦਾ ਮੇਰੇ ਪਿੰਡ ਦੇ ਲੰਬੀ ਵਾਂਗੂ ਭੱਜਦਾ ਪੂਰੇ ਵਾਲ ਵਾਂਗੂ, ਉਹ ਤੇਰੀ ਸਪੀਡ ਜਿਹੜੀ ਹੈ ਨਾ ਸਿਰੇ ਦੀ ਹੈ, ਔਰ ਸਿਰੇ ਦੀ ਹੈ। ਫੈਸਲ ਬੱਟੂ ਉਧਰਲੇ ਪਾਸੇ ਵੇਖੋ, ਸਾਹਮਣੇ ਇਸ ਵੇਲੇ ਪਈ ਹੋਈ ਰੇਡ ਦੇ ਉੱਪਰ, ਆ ਮੈਨੂੰ ਲੱਗਦਾ ਮਹਤੋਤਾ ਪਿੰਡ ਕਹਿੰਦੇ ਬੇਲੇ ਦੇ ਲਾਗੇ ਆ, ਰੋਪੜ ਦੇ ਲਾਗੇ। ਆ ਮਹਤੋਤ ਵੇਖ ਸਾਹਮਣੇ ਜਾਂਦਾ ਸੂਰਮਾ ਕਬੱਡੀ ਦਾ, ਸੂਰਮਾ ਕਬੱਡੀ ਦਾ ਪਾਣ ਲੈ ਕੇ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ, ਜੀ ਟੀ ਏ ਦੇ ਹਿੱਸੇ ਇੱਕ ਅੰਕ ਦਾ ਵਾਧਾ ਕਰਦਾ ਹੋਇਆ। ਮੈਚ ਪੂਰਾ ਫਸਮੈ ਅਵਤਾਰ ਸਿੰਘ ਜੀ ਗਰੇਵਾਲ ਸਾਹਿਬ, ਸਾਡੇ ਰਾਜ ਗਰੇਵਾਲ ਜੀ, ਆਰ ਐਸ ਜੀ ਲਾ ਦਾ ਜਿਹੜਾ ਸਾਨੂੰ ਬਹੁਤ ਵੱਡਾ ਸਹਿਯੋਗ ਹੈ, ਮੇਨ ਸਪੋਂਸਰ ਨੇ, ਔਰ ਉਹਨਾਂ ਦੇ ਪਿਤਾ ਜੀ ਅਵਤਾਰ ਸਿੰਘ ਜੀ ਗਰੇਵਾਲ ਸਰਾਭੇ ਵਾਲੇ ਸਾਡੇ ਵਿਚਕਾਰ ਪੁੱਜੇ ਆ। ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਵੀ ਜੱਫਾ ਲੱਗੂਗਾ, ਨਹੀਂ 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 ਰੀਸਾ, ਵਾਹ ਗੱਭਰੂਆ। ਸਰਾਭਾ ਪਿੰਡ ਦੇ ਵਿੱਚ ਜਦੋਂ ਜਾਂਦੇ ਹਾਂ, ਉੱਥੇ ਦੇ ਵਿੱਚ ਵੱਡੀਆਂ ਸੇਵਾਵਾਂ ਜਿਹੜੀਆਂ, ਹੋਸਪਿਟਲ, ਲਾਇਬ੍ਰੇਰੀ, ਵੱਡਾ ਕੱਪ ਉਹਦੇ ਵਿੱਚ ਅਵਤਾਰ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਜੀ ਐ ਕਹਿੰਦੇ। ਲਓ ਇਧਰਲੇ ਪਾਸੇ ਕਲਸੀਆਂ ਵਾਲਾ ਆ ਗਿਆ, ਦੂਜਾ ਇੰਦਰਜੀਤ ਆ ਗਿਆ, ਆ ਦੂਜਾ ਇੰਦਰਜੀਤ ਪਿਰ ਤੇ ਆ ਗਿਆ, ਕਰਦੇ ਗੱਲ ਰਵੀ ਕਲਸੀਆਂ ਵਾਲਾ ਨੌਜਵਾਨ ਗੱਭਰੂ ਪਾ ਕਬੱਡੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ। ਜਨੇਤਪੁਰੀ ਬਿੱਦੀ ਗੱਲ ਕਰਦਾ ਹੁੰਦਾ ਵੀ ਰਵੀ ਦੇ ਪਿੰਡੇ ਵਿੱਚ ਕਬੱਡੀ ਮਿਹਨਤ ਕਰਦਾ ਰਿਹਾ, ਫਿਰ ਸਟਾਰ ਬਣ ਜਾਣਾ। ਪਰ ਵੇਖੀਏ ਛੰਨਾ ਵਾਲਾ ਭੂਰੀ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ। ਚੰਨਾ ਮਾਨ, ਰਾਮ ਢੱਡਾ ਜੀ, ਡਾਕਟਰ ਹਰਿੰਦਰ ਜੱਸਲ ਜੀ, ਪਾਲ ਮਨਹਾਰ ਜੀ, ਜਵਾਰਾ ਕਾਲੇ ਸੰਘਿਆ ਵਾਲਾ, ਸ਼ੀਸ਼ਾ ਕਾਲੇ ਸੰਘਿਆ ਵਾਲਾ ਵੀ ਇਸ ਖੇਡ ਕਲੱਬ ਦੇ ਮੇਨ ਸਪਾਂਸਰ ਆ। ਪਰ ਵੇਖੀਏ ਮੁੰਡੇ ਨੇ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਧੰਨ ਧੰਨ ਕਰਵਾਈ ਆ, ਫਕਰ ਝੰਡਾ ਪੈਂਦਾ ਸੋਨੀ ਇਸ ਵੇਲੇ। ਪਰ ਫਿਰ ਪਹਿਲੇ ਦੇ ਹੱਥ ਕਿੱਥੇ ਪੈਣਾ, ਇਹ ਵੀ ਕਹਿੰਦੇ ਲੋਕਰ ਦੇ ਵਾਂਗ ਕਹਿੰਦੇ ਕਬੱਡੀ ਦਾ ਟੌਪ ਦਾ ਰੇਡਰ ਬਣ ਗਿਆ ਪਰਸਰਾਮਪੁਰੀ ਜੱਸਾ ਇਸ ਵੇਲੇ। ਫਰਿਆਦ ਔਲਖਾਲਾ ਸੁੱਖਾ, ਅੰਮ੍ਰਿਤ ਵੀ ਕਹਿੰਦੇ ਅਗਲੇ ਮੈਚਾਂ ਦੇ ਵਿੱਚ ਕਰੂਗਾ ਪ੍ਰਦਰਸ਼ਨ। ਪਰ ਆਹ ਵੇਖੀਏ ਨੌਜਵਾਨ
ਸਮੀਰ ਖਾਨ ਆਦਮਾਲ ਪਿੰਡ ਦਾ ਗੱਭਰੂ ਇਸ ਵੇਲੇ ਉਧਰ ਪਿਓਰ ਐਂਡ ਸਿੰਪਲ ਤੋਂ ਹਰਮਨਦੀਪ ਸਿੰਘ ਜੀ ਔਜਲਾ ਉਹ ਵੀ ਸਾਡੇ ਦਰਮਿਆਨ ਪਹੁੰਚੇ ਅਸੀਂ ਜੀਆਂ ਨੂੰ ਆਖ ਰਹੇ ਹਾਂ ਨੌਜਵਾਨ ਫੁੱਲੇ ਨੰਗਲ ਵਾਲਾ ਧੋਰੀ ਮੁੜਕੋ ਮੁੜਕੀ ਹੋਇਆ ਪਿਆ ਕਿ ਮੁੜਕੋ ਮੁੜਕੀ ਹੋ ਗਿਆ ਜੋਰ ਚੋਬਰਾ ਦਾ ਕੰਡਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੋਬਰਾ ਦਾ ਕਿ ਚੜ੍ਹਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਰਾਜਾ ਖੇਲਾ ਵੀ ਆਹ ਵੇਖੋ ਸਾਹਮਣੇ ਕੀ ਬਣਦਾ ਗੋਖਾ ਕਹਿੰਦਾ ਇੱਧਰ ਆ ਦਾਰਾ ਸਿੰਘ ਗਰੇਵਾਲ ਦੇ ਬਾਗ ਉਹ ਕਹਿੰਦਾ ਇੱਧਰ ਆ ਉਹ ਕਹਿੰਦਾ ਇੱਧਰ ਆ ਪਤਾ ਕੁਝ ਨਹੀਂ ਲੱਗਦਾ ਮੈਟਰੋ ਵਾਲੇ ਦੱਸਣਗੇ ਪੈਂਕੀ ਹੁਣੀ ਕਿੱਧਰ ਆ ਪੜਾਉੜਾ ਪੱਪੂ ਕਹਿੰਦਾ ਜੀ ਪੁਆਇੰਟ ਰੇਡਰ ਦਾ ਬਹੁਤ ਬਹੁਤ ਧੰਨਵਾਦ ਪੱਪੂ ਜੀ ਸਾਡੇ ਬਿੰਨਾ ਜੀ ਸਾਡੇ ਨੀਟਾ ਜੀ ਸਾਡੇ ਨਿੱਜਰ ਸਾਹਿਬ ਲਓ ਅਗਲੀ ਕਬੱਡੀ ਵੇਖੋ ਸਾਹਮਣੇ ਜਦ ਮੋਟਿਆਂ ਪੱਟਾਂ ਤੇ ਥਾਪੀ ਵੱਜਦੀ ਨਾ ਇੱਕ ਵੱਖਰਾ ਜਿਹਾ ਨਜ਼ਾਰਾ ਆਉਂਦਾ ਹੈ ਮਾਂ ਖੇਡ ਕਬੱਡੀ ਦੇ ਵਿੱਚ ਕਬੱਡੀ ਕਬੱਡੀ ਕਹਿਣਾ ਹੈ ਆਹ ਪੱਟਾਂ ਉੱਪਰ ਥਾਪੀ ਵੱਜਣੀ ਆਹ ਉਂਗਲ ਖੜੀ ਕਰਨੀ ਪਾਉਣ ਲੈ ਕੇ ਆਹ ਤਿੰਨ ਨਿਸ਼ਾਨੀਆਂ ਖੇਡ ਕਬੱਡੀ ਦੀਆਂ ਚੋਬਰ ਨਿਸ਼ਾਨੀਆਂ ਨੇ ਲਓ ਸੂਰਮਾ ਆਉਂਦਾ ਭੱਜਾ ਮੈਦਾਨ ਦੇ ਵਿੱਚ ਲੈ ਵੀ ਦੇਖ ਫਿਰ ਤਿਆ ਮੁੰਡਾ ਚਿੱਟਾ ਰੁਮਾਲ ਬੰਨਿਆ ਹੋਇਆ ਕਲਸੀਆਂ ਵਾਲੇ ਇੰਦਰਜੀਤ ਦਾ ਏ ਛੋਟਾ ਵੀਰ ਹੈ ਕਰਦੇ ਗੱਲ ਇੰਦਰਜੀਤ ਦਾ ਵੀਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ ਕਲਸੀਆਂ ਵਾਲਾ ਗੱਭਰੂ ਇਸ ਵੇਲੇ ਬੋਲਿਆ ਹੋਇਆ ਧਾਵਾ ਚਾਹ ਜਾਫੀਆਂ ਦੇ ਵਿੱਚੋਂ ਕਿਹੜਾ ਖਿਡਾਰੀ ਇੱਕ ਕੰਨੀ ਤੇ ਮਨੀਸ਼ਾ ਪਰ ਵੇਖੀਏ ਦੋ ਨੰਬਰ ਤੋਂ ਗੱਭਰੂ ਇਸ ਵੇਲੇ ਲੱਗਦਾ ਹੋਇਆ ਲੱਤੀ ਚਨੇੜੀ ਪਿੰਡਾ ਪੰਜਵੀਂ ਕਬੱਡੀ ਤਕੜੀ ਖੇਡਿਆ ਨੌਜਵਾਨ ਦੇ ਉੱਖੜਦੇ ਹੋਏ ਪੈਰ ਫਿਰ ਪੁਆਇੰਟ ਜੀ ਟੀ ਏ ਟਰਾਂਟੋ ਗ੍ਰੇਟਰ ਏਰੀਆ ਪਰ ਵੇਖੀਏ ਛੰਨਾ ਵਾਲਾ ਕਿਸੇ ਹੋਰ ਸਲਾਮਾ ਜੁਰਦਾਂ ਨੂੰ ਕਦਰ ਨਾ ਪੈਂਦੀ ਜੰਮ ਦੀ ਏੜੀਏ ਨੀ ਮਿੱਟੀ ਮਾਲਵੇ ਦੀ ਬੰਦੇ ਅੰਤੀ ਕਰਾਉਣੇ ਜੰਮ ਦੀ ਏ ਨੌਜਵਾਨ ਛੰਨਾ ਵਾਲਾ ਭੂਰੀ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਅਗਲੀ ਰੇਡ ਜਿਹੜੇ ਆ ਮਨ ਸਿੰਘ ਦੁਲਟ ਦਰਸ਼ਕ ਵੀਰੋ 3 ਅਗਸਤ ਅੰਟਾਰੀਓ ਦੇ ਲੰਡਨ ਦੇ ਬੁਡਵਾਈਜ਼ਰ ਦੇ ਵਿੱਚ ਇਸ ਸਾਲ ਯੰਗ ਕਬੱਡੀ ਕਲੱਬ ਵਰਲਡ ਕੱਪ ਕਰਵਾ ਰਹੀ ਆ ਉਹਦੀਆਂ ਆਪਾਂ ਟਿਕਟਾਂ ਉਹ ਯੈਲੋ ਕਲਰ ਦਾ ਟੈਂਟ ਲੱਗਿਆ ਹੋਇਆ ਉੱਥੋਂ ਬਾਏ ਕਰ ਸਕਦੇ ਆ 3 ਅਗਸਤ ਯੰਗ ਕਬੱਡੀ ਕਲੱਬ ਦਾ ਇਸ ਸਾਲ ਵਰਲਡ ਕੱਪ ਹੋਵੇਗਾ ਪਰ ਅੱਜ ਮੈਟਰੋ ਦੇ ਕੱਪ ਤੇ ਨੌਜਵਾਨ ਛੰਨਾ ਵਾਲਾ ਭੂਰੀ ਵੀ ਫਿਰਤਿਆ ਜਿਹੜੀ ਸਟਰੀਟ ਹੈ ਨਾ ਉਹਦਾ ਨਾਮ ਮੈਂ ਦੱਸ ਦਿੰਦਾ ਹੈ ਡੰਡਾਸ ਸਟਰੀਟ ਜਿਹੜੀ ਟੋਰਾਂਟੋ ਦੀ ਮਸ਼ਹੂਰ ਹੈ ਤੇ ਲੰਡਨ ਦੇ ਵਿੱਚ ਵੀ ਡੰਡਾਸ ਸੀਟ ਤੇ ਜਿਹੜਾ ਇਹ ਸਟੇਡੀਅਮ ਹੈ ਜਿੱਥੇ ਤੋਂ ਨਾ ਸਾਰੇ ਕਬੱਡੀ ਦੇ ਵੱਖ ਵੱਖ ਦੇਸ਼ਾਂ ਦੀਆਂ ਟੀਮਾਂ ਪਹੁੰਚਣਗੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਹਰਮਨਦੀਪ ਸਿੰਘ ਜੀ ਔਜਲਾ ਪਿਓਰ ਐਂਡ ਸਿੰਪਲ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਪੁੱਜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਟਾਈਟਨ ਟਰੱਕਰ ਪੇਅਰ ਵਾਲਿਆਂ ਨੇ ਜਿਹੜਾ ਕਾਊਂਟਰ ਲਾਇਆ ਹੋਇਆ ਐਂਟਰੀ ਗੇਟ ਤੇ ਉੱਤੇ ਤੁਸੀਂ ਲੱਕੀ ਡਰਾ ਜਿਹੜਾ ਆਪਾਂ ਨਾਂ ਤੇ ਫੋਨ ਨੰਬਰ ਲਿਖ ਕੇ ਪਾ ਸਕਦੇ ਕੋਈ ਉਹਦੀ ਫੀਸ ਨਹੀਂ ਹੈਗੀ ਜਿਹਦੇ ਵਿੱਚ ਸਾਈਕਲ ਹੋਰ ਬਹੁਤ ਸਾਰੇ ਨਾਮ ਜਿਹੜੇ ਨਿਕਲਣਗੇ ਸਾਡੇ ਈਸ਼ਰ ਸਿੰਘ ਜੀ ਟਾਈਟਨ ਟਰੱਕਰ ਪੇਅਰ ਵਾਲਿਆਂ ਨੂੰ ਬੇਨਤੀ ਹੈ ਉਹਦਾ ਡੀ ਟਰੱਕ ਸੇਲ ਤੋਂ ਸਾਡੇ ਧਾਮੀ ਸਾਹਿਬ ਪੁੱਜੇ ਜੀਆਂ ਨੂੰ ਆਖ ਰਹੇ ਆ ਟੋਰਾਂਟੋ ਯੂਥ ਕਲੱਬ ਦਾ ਵੀ ਅੱਜ ਦੇ ਟੂਰਨਾਮੈਂਟ ਦੇ ਲਈ ਯੋਗਦਾਨ ਜੱਟ ਸ਼ੌਂਕੀ ਬਲਦਾ ਦੇ ਬਿਲਗੇ ਵਾਲੇ ਮਿੰਟੋ ਹੋਣੀ ਸਾਡੇ ਵੀਰ ਜੋ ਇਸੇ ਸਟਾਰ ਗੇਟ ਲੋਜਿਸਟਿਕ ਵਾਲੇ ਸਾਡੇ ਲਾਡਾ ਸੁਹਤਾ ਜੀ ਲਾਡਾ ਜੀ ਪੁੱਜ ਗਏ ਔਰ ਸਾਬੀ ਜੀ ਸਾਡੇ ਹੈਪੀ ਜੀ ਤੁਹਾਡੇ ਸਾਰੇ ਸੁਹਤਾ ਬਰਦਰ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਸਾਡੇ ਇਸ ਖੇਡ ਕਲੱਬ ਲਈ ਉਧਰ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਕੱਲੀ ਕੱਲੀ ਰੇਡ ਦੇ ਉੱਪਰ ਕਹਿੰਦੇ ਫੈਸਲਾ ਦੇਣਾ ਔਖਾ ਹੋਇਆ ਪਿਆ ਇੰਨਾ ਮੈਚ ਜਿਹੜਾ ਫਸਣਾ ਹੈ
ਔਰ ਸਪਾਰਟਨ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਇੰਸ਼ੋਰੈਂਸ ਵਾਲਿਆਂ ਦਾ ਹੈ, ਔਰ ਨਿਊ ਮਿਲੇਨੀਅਮ ਟਾਇਰ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਐਚ ਜੀ ਸੀ ਗਰੁੱਪ ਦਾ ਵੀ ਬਹੁਤ ਵੱਡਾ ਧੰਨਵਾਦ ਹੈ। ਆਓ ਦੇਖੋ ਸਾਹਮਣੇ ਇੱਕ ਛੋਟਾ ਜਿਹਾ ਜਹਾਜ਼ ਆਹ ਬੱਦਲਾਂ ਨੂੰ ਚੀਰਨ ਨੂੰ ਫਿਰਦਾ ਹੈ, ਹੁਣ ਵੇਖਦਾ ਵੀ ਆਵਿਆ ਮੁੰਡਾ ਜਿਹੜਾ ਕਿਹੜੇ ਚਾਰ ਜਾਫੀਆਂ ਦੇ ਵਿੱਚੋਂ ਕਿਹਨੂੰ ਟੱਚ ਮਾਰ ਕੇ ਕਿਹੜੇ ਸੀਨੇ ਵਿੱਚ ਵੱਜ ਗਏ, ਨੌਜਵਾਨ ਹੰਦੇ ਵਾਲੇ ਪਾਸੇ ਨੂੰ ਆਹ ਲੱਖਾਂ ਦੇ ਆਹ ਪਾਂਡ ਲੈ ਕੇ ਆਉਂਦਾ ਭਾਰੀ ਛਾਲ, ਆਹ ਮਾਰੀ ਛਾਲ ਗੱਭਰੂ ਨੇ ਸਵਾਦ ਆ ਗਿਆ ਲੈ ਵੀ ਫਿਰ ਤਿਆ ਵੇਖ ਅਗਲੀ ਗੱਲ ਫਿਰ ਕਬੱਡੀ ਦੀ, ਕਿਹੜਾ ਖਿਡਾਰੀ ਐਨ ਨੌਜਵਾਨ ਬੁੱਲੇ ਨੰਗਲ ਵਾਲਾ ਭੋਰੀ ਇਸ ਮੈਚ ਦੇ ਵਿੱਚ ਆਣ ਕਹਿੰਦੇ ਗੱਭਰੂ ਨੇ ਟਾਪ ਦੀਆਂ ਕਬੱਡੀਆਂ ਪਾਈਆਂ, ਉਧਰ ਦਰਸ਼ਕ ਪੁੱਜੇ ਹੋਏ ਆ, ਕਈਆਂ ਨੂੰ ਅਜੇ ਥੋੜਾ ਸਮਾਂ ਹੀ ਹੋਇਆ, ਉਹ ਕੈਨੇਡਾ ਦੀ ਧਰਤੀ ਤੇ ਨਵੇਂ ਨਵੇਂ ਆਏ ਆ ਕਿ ਕੰਮ ਕਾਰ ਸਿੱਖਦੇ ਆ, ਫੱਟੇ ਫੁੱਟੇ ਖਿੱਚਦੇ ਆ, ਜਾਗਦੇ ਆ ਨੀਂਦਾਂ ਹੋਵੇ ਕੱਚੀਆਂ, ਨਵੇਂ ਨਵੇਂ ਆਏ ਆ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ, ਹੌਲੀ ਹੌਲੀ ਕਰਾਂਗੇ ਤਰੱਕੀਆਂ, ਸਭ ਨੇ ਹੌਲੀ ਹੌਲੀ ਤਰੱਕੀਆਂ ਕੀਤੀਆਂ ਨੇ, ਕੋਈ ਜਿਹੜਾ 1970 ਦੇ ਦਹਾਕੇ ਜਾ ਗਿਆ, ਕੋਈ 1980 ਕੋਈ 90 ਦੇ ਵਿੱਚ, ਸਭ ਨੇ ਹੌਲੀ ਹੌਲੀ ਤਰੱਕੀਆਂ ਕੀਤੀਆਂ। ਆਹ ਵੇਖੋ ਸਾਹਮਣੇ ਆਹ ਮੁੰਡਾ ਵੀ ਹੌਲੀ ਹੌਲੀ ਹੁੰਦਿਆਂ ਵਾਲੇ ਪਾਸੇ ਨੂੰ ਆਹ ਬਾਤਾ ਆਉਂਦਾ, ਆਹ ਘੋੜੇ ਵਾਂਗੂ ਭੱਜਦਾ ਕਿ ਹੱਟ ਕਬੱਡੀ ਯਾਰਾਂ ਦੀ, ਇਹ ਖੇਡ ਵੱਡੇ ਸਰਦਾਰਾਂ ਦੀ, ਕੈਲਾਸ਼ ਕਿਸਾਲ ਜੀ ਸਾਡੇ ਜੋ ਗੁੱਗਾ ਗੁੰਮਣੀਆਂ ਉਹਨਾਂ ਦੇ ਸਾਡੇ ਮੈਟਰ ਦੇ ਬਹੁਤ ਹੀ ਸਤਿਕਾਰਯੋਗ ਵੀਰ ਨੇ, ਅਸੀਂ ਉਹਨਾਂ ਨੂੰ ਵੈਲਕਮ ਕਹਿੰਦੇ ਹਾਂ, ਕੈਲਾਸ਼ ਕਿਸਾਲ ਜੀ ਉਹਨਾਂ ਦਾ ਬਹੁਤ ਬਹੁਤ ਦਿਲੋਂ ਹਾਰਦਿਕ ਸਵਾਗਤ ਹੈ। ਪੁੱਤਰ ਦਿਨਵੇ ਵਾਲੇ ਦੀ ਪਈ ਹੋਈ ਕਬੱਡੀ, ਔਰ ਦੇਖਦਾ ਵੀ ਸਾਹਮਣੇ ਨੌਜਵਾਨ ਦਿਨਵੇ ਵਾਲਾ ਪਾੜ ਲੈ ਕੇ ਵਾਪਸ ਜਾ ਰਿਹਾ ਹੈ, ਵੀ ਟਰੱਕ ਸੇਲ ਦੇ ਸਾਡੇ ਧਾਮੀ ਬ੍ਰਦਰ ਦਾ ਬਹੁਤ ਬਹੁਤ ਧੰਨਵਾਦ ਹੈ, ਧਾਮੀ ਬ੍ਰਦਰ ਦਾ ਬਹੁਤ ਬਹੁਤ ਧੰਨਵਾਦ, ਬੇਤਿਆ ਕਰਦੀ ਗੱਲ ਉਧਰ ਇੱਕ ਚੌਂਕ ਜੱਟਾਂ ਨੂੰ ਬਲਦਾਂ ਦਾ, ਸਾਡੇ ਵੀਰ ਮਿੰਟੂ ਬਿਲ ਕੇ ਆਉਣੀ ਆ, ਕਿਸੇ ਨੂੰ ਕਬੱਡੀ ਦਾ ਸ਼ੌਂਕ ਆ ਕਿਸੇ ਨੂੰ ਬਲਦਾਂ ਦਾ, ਕਬੱਡੀ ਦਾ ਕਰਜ਼ਾ ਖਿਡਾਰੀ ਨਹੀਂ ਲਾ ਸਕਦੇ, ਕਬੱਡੀ ਦੀ ਦੇਣ ਆ ਖੇਡ ਕਬੱਡੀ ਕਰਕੇ, ਕਹਿੰਦੇ ਅਨੇਕਾਂ ਘਰਾਂ ਦੇ ਚੁੱਲ੍ਹੇ ਬਲਦੇ ਆ, ਜਿਉਂਦੀ ਬਸਦੀ ਰਹੇ ਕਬੱਡੀ, ਜਿੰਦਾਬਾਦ ਕਬੱਡੀ। ਅੱਜ ਕਹਿੰਦੇ ਗਾਖਲ ਵਾਲੇ ਭਾਈ ਦਾ ਮਾਨ ਸਨਮਾਨ ਗੋਲਡ ਮੈਡਲ ਦੇ ਨਾਲ, ਉਹ ਵੀ ਕਬੱਡੀ ਦੇ ਕਰਕੇ ਕੀਤਾ ਜਾਣਾ। ਉਧਰ ਸਾਡਾ ਵੀਰ ਮਿੱਟੂ ਲਲੇੜੀ ਵਾਲਾ ਦੁੱਗਾਂ ਵਾਲੇ ਖੁਸ਼ੀ ਦਾ ਵੀਰ, ਉਹਦਾ ਯਾਰ ਉਹ ਵੀ ਪੁੱਜਿਆ ਹੋਇਆ, ਪਰ ਵੇਖੀਏ ਬੁੱਲੇ ਨੰਗਲ ਵਾਲਾ ਭੋਰੀ ਇਸ ਵੇਲੇ ਹੁਣ ਚਾਰ ਬਰਸਾਲਪੁਰੀਆ ਤੇ ਨੌਜਵਾਨ ਕਹਿੰਦੇ ਤਲਵੰਡੀ ਚੌਧਰੀਆਂ ਦਾ ਜੀਤਾ, ਕਿੱਦਾਂ ਰੇਡਰਾਂ ਨੂੰ ਫੜਦਾ ਕੋਲ ਤਰੀਕਾ, ਨੌਜਵਾਨ ਇਸ ਵੇਲੇ ਵੇਖੀਏ ਐਵੇਂ ਨੀ ਮਾਰ ਕਰਦੇ ਕਹਿੰਦੇ ਗੱਭਰੂ ਦੇ ਉੱਪਰ, ਪਰ ਪੁਆਇੰਟ ਆ ਜਿਹੜਾ ਭਜਾਉਣ ਵਾਲੇ ਪੱਪੂ ਨੇ ਇਸ਼ਾਰਾ ਕਰ ਦਿੱਤਾ ਵੀ ਪੁਆਇੰਟ ਸਟੋਪਰ ਦਾ, ਅੱਜ ਵੱਖਰੇ ਰਨਵੇ ਤੋਂ ਵੱਖਰੀ ਡਾਇਰੈਕਸ਼ਨ ਵਿੱਚ ਜਹਾਜ਼ ਚੜ ਰਹੇ ਹੈ, ਡੈਰੀ ਦੇ ਕਹਿੰਦੇ 90 ਡਿਗਰੀ ਦੇ ਗੁੜੀਏ ਨਾਲ ਜਹਾਜ਼ ਚੜ ਰਹੇ ਹੈ, ਤੇ ਉਧਰੇ ਪਾਸੇ ਅੱਜ ਦਾ ਜਿਹੜਾ ਟੂਰਨਾਮੈਂਟ ਹੈ ਇੱਥੇ ਵੀ ਮੈਨੂੰ ਲੱਗਦਾ ਔਰ ਲੱਗਦਾ ਵੀ ਅੱਜ ਵੱਖਰੀਆਂ ਜਿੱਤਾਂ ਹਾਰਾ ਹੋਣੀਆਂ, ਔਰ ਕਿਹੜੀ ਟੀਮ ਦੇ ਇਸੇ ਜਿੱਤ ਔਰ ਕਿਹਨੂੰ ਫਾਸ ਬਰਾਜ਼ ਸੈਂਟਰ ਲਾਈਨ ਦੇ ਨਾਲ ਨਾਲ ਚੱਲਦਾ ਹੋਇਆ ਮੁਕਾਬਲਾ ਹੈ। ਔਰ ਕਾਸੀਆਂ ਵਾਲਾ ਵੀ ਕਹਿੰਦੇ ਨੇ ਸੋਨੀ ਸਨੇਤ ਵਾਂਗੂ, ਔਰ ਚੀਨ ਦੀ ਕੰਧੀ ਹੈ ਔਰ ਸਟੀਲ ਹੀ ਹੈ ਅਨਿਕੇਤ ਵਾਂਗੂ ਨੌਜਵਾਨ, ਉਧਰਲੇ ਪਾਸੇ ਸ਼ਬਾਸ਼ੀ ਦਿੰਦਾ ਵਾ ਔਰ ਜਿੰਦਾ ਬਹਾਦਰ ਹੈ ਗੱਭਰੂ, ਕਰਦੇ ਫਿਰਦੇ ਆ ਗੱਲ, ਦੇਖ ਸਾਹਮਣੇ ਮੈਦਾਨ ਦੇ ਵਿੱਚ ਲੱਗੂਗਾ ਮੈਦਾਨ ਵਿੱਚ ਜੋਰ ਅੱਡੀ ਚੋਟੀ ਦਾ, ਕੋਟੀ ਉਹ ਹੀਰਾ ਬਣ ਜਾਵੇ ਜਿਹਨੂੰ ਲੱਗ ਰਿਹਾ ਕਬੱਡੀ ਦਾ ਕਬੱਡੀ ਦਾ ਕਬੱਡੀ ਦਾ ਕੱਚੇ ਨਾਲ ਕਾਲਾ ਤੇ ਕੱਚੇ ਨਾਲ ਕਬੱਡੀ ਹੈ, ਜਿਉਂਦਾ ਬਹਾਦਰ ਹੈ, ਤੇਰੀਆਂ ਸਭਾਵਾਂ ਵੀ ਵੱਡੀਆਂ ਨੇ, ਐਨ ਕਹਿੰਦੇ 1-1 ਰੇਡ ਦਾ ਇਸ਼ਾਰਾ ਹੋ ਚੁੱਕਿਆ, ਦਰਸ਼ਕ ਜਿਹੜੇ ਗੌਰ ਨਾਲ ਮੈਚ ਵੇਖਦੇ ਆ ਤੇ ਪੁਆਇੰਟ ਪਹਿਲਾਂ ਹੀ ਕਰ ਲੈਂਦੇ ਆ, ਹੁਣ ਜਿੱਤਾਂ ਹਾਰਾਂ ਦੇ ਫੈਸਲੇ ਕਿਹੜੇ ਖਿਡਾਰੀ ਦੀ ਰੇਡ ਕਿਹਦਾ ਕਬੱਡੀ
ਫੈਸਲੇ ਹੋਣਗੇ ਪਰ ਮਾਨਸੇ ਦੇ ਪਿੰਡ ਝੰਡੇ ਪਿੰਡ ਦਾ ਸਮਾਂ ਦੱਸੇਗਾ ਉਧਰ ਯੂਨਾਈਟਡ ਬ੍ਰਿਮਟਨ ਦੇ ਗੋਖਾ ਅਟਵਾਲ ਜੀ ਸਾਡੇ ਪੱਪੂ ਸੰਘੇੜਾ ਜੀ ਬਾਹਰ ਕਹਿੰਦੇ ਹੁੰਦੇ ਜਸਵਿੰਦਰ ਸਿੰਘ ਜੀ ਸ਼ੋਕਰ ਸਾਹਿਬ ਰਾਜਵਿੰਦਰ ਕੋਹਨਰ ਹੋਣੀ ਬਲਜੀਤ ਸਿੰਘ ਜੀ ਰਾਜ ਸਾਹਿਬ ਉਧਰ ਲਾਲੀ ਢੇਸੀ ਜੀ ਵੈਨਕੂਵਰ ਦੇ ਵਿੱਚ ਪੂਰੇ ਖੁਸ਼ ਨੇ ਕਹਿੰਦੇ ਵੀ ਸਵਾਦ ਆਇਆ ਪਿਆ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਧੁੱਪ ਹੈ ਭਾਵੇਂ ਸੁਰਮੇ ਰੰਗੀ ਬੱਦਲ ਨੇ ਡਾਕਟਰ ਚਹਿਲ ਸਾਹਿਬ ਬੱਦਲਾਂ ਦੀ ਵੀ ਫੋਟੋ ਲੈਣੀ ਹੈ ਇੱਧਰੋਂ ਸਾਰੀ ਹੈ ਕਿ ਬੱਦਲ ਵੀ ਆਉਣ ਤੇ ਸੁਰਮੇ ਰੰਗੀ ਤੇ ਸਾਰਾ ਖੇਡ ਮੈਦਾਨ ਵੀ ਚਮਕਿਆ ਨਜ਼ਰ ਆਵੇ ਚੱਕਦੇ ਕਬੱਡੀ ਦੇ ਉੱਪਰ ਫਿਰ ਹੋਊਗੀ ਬੱਲੇ ਬੱਲੇ ਹੋਊਗੀ ਬੱਲੇ ਬੱਲੇ ਬਹੁਤ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਆ ਡਾਕਟਰ ਸੁਖਦਰਸ਼ਨ ਸਿੰਘ ਜੀ ਚਾਲ ਬਹੁਤ ਬਹੁਤ ਧੰਨਵਾਦ ਹਰ ਸਾਲ ਪੁੱਜਦੇ ਆ ਬਹੁਤ ਵੱਡਾ ਯੋਗਦਾਨ ਪੀਜ਼ਾ ਲੈ ਕੇ ਆਇਆ ਜੀ ਉਹਨਾਂ ਨੂੰ ਵੀ ਅਸੀਂ ਜੀਆਂ ਨੂੰ ਆਖ ਰਿਹਾ ਮੇਰਾ ਖਿਆਲ ਆ ਪੀਜ਼ਾ ਬੈਜੀ ਆ ਜੀ ਬਹੁਤ ਬਹੁਤ ਧੰਨਵਾਦ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਜਸਵਿੰਦਰ ਸਿੰਘ ਜੀ ਸ਼ੋਕਰ ਪ੍ਰਧਾਨ ਮੇਜਰ ਸਿੰਘ ਜੀ ਨਾਤਾ ਇੰਦਰਜੀਤ ਸਿੰਘ ਜੀ ਧੋਗਾ ਡੇਰਾ ਮੰਡੇਰ ਜੀ ਰਾਣਾ ਸਿੱਧੂ ਜੀ ਮਲਕੀਤ ਸਿੰਘ ਜੀ ਸੁੱਖਾ ਰੰਧਾਵਾ ਜੀ ਰੌਲਾ ਤੇ ਜੀ ਉਹਨਾਂ ਜਿੰਨਾ ਤਕੜਾ ਨਾ ਆਪਾਂ ਬੇਨਤੀ ਕਰਦੇ ਵੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਸ਼ੇਰਾਂ ਨੇ ਸ਼ੇਰਾਂ ਨਾਲ ਖੇਡਣਾ ਹੀ ਆ ਪ੍ਰੋਫੈਸਰ ਸਾਹਿਬ ਕਹਿੰਦੇ ਰੌਲਾ ਤੇ ਪੈਣਾ ਹੀ ਆ ਖੜੇ ਪੈਰ ਲਿਖਤੀ ਗੱਲ ਕਰੋ ਕੋਈ ਇਹਦਾ ਹੱਲ ਬਾਕੀ ਕਹਿੰਦੇ ਰੌਲੇ ਤੇ ਜਿਹੜੇ ਪੈਣਗੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਤੇ ਉਹਨਾਂ ਦੇ ਨਾਲ ਓਨਟਾਰੀਓ ਕਬੱਡੀ ਕਲੱਬ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਦੇ ਵੱਲ ਆ ਜਾਣਗੇ ਇੰਟਰਨੈਸ਼ਨਲ ਤੇ ਓਨਟਾਰੀਓ ਕਬੱਡੀ ਕਲੱਬ ਦੇ ਦਰਮਿਆਨ ਜਿਹੜਾ ਅੱਜ ਦੇ ਦਿਨ ਦਾ ਚੌਥਾ ਮੈਚ ਖੇਡਿਆ ਜਾਵੇਗਾ ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ ਇਹ ਹੈ ਰੈਡ ਓਸ਼ਨਲੈਂਡ ਦੇ ਧੀਰਾ ਸੰਧੂ ਤੇ ਸ਼ਿੰਦੇ ਸੰਧੂ ਨੂੰ ਸਪਾਂਸਰ ਕੀਤਾ ਗਿਆ ਹੈ ਸਾਡੀ ਬੇਨਤੀ ਹੈ ਜੀ ਧੀਰਾ ਸੰਧੂ ਜੀ ਪਲੀਜ਼ ਆਪਣੀ ਟੀਮ ਨੂੰ ਲੈ ਕੇ ਆ ਜਾਣਗੇ ਧੀਰਾ ਸੰਧੂ ਜੀ ਤੇ ਰਾਣਾ ਸਿੱਧੂ ਜੀ ਸਾਡੇ ਇੱਕ ਵਾਰ ਫਿਰ ਬੇਨਤੀ ਕਰਦੇ ਵੀ 3 ਅਗਸਤ ਯੰਗ